ਤੁਹਾਡੇ ਫੇਵਰੇਟ ਸਟਾਰਸ ਦੇ ਨਾਲ ਲੱਗਦੀ ਹੈ ਮਹਿਫਿਲੇ ਖਾਸ ਜਿੱਥੇ ਹੁੰਦੀਆਂ ਨੇ ਦਿਲ ਦੀਆਂ ਗੱਲਾਂ ਤੇ ਸੁਣਾਈ ਦਿੰਦੇ ਨੇ ਰੂਹ ਦੇ ਜਜ਼ਬਾਤ ਮੈਂ ਵੈਲਕਮ ਕਰਦਾ ਹਾਂ ਤੁਹਾਡਾ ਇਹੋ ਜਿਹੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਪੀਟੀਸੀ ਸ਼ੋਕੇਸ ਤੇ ਇਹ ਉਹ ਸ਼ੋਅ ਹੈ ਜੋ ਕਿ ਹੈ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਨੰਬਰ 1 ਚੈਟ ਸ਼ੋਅ ਅੱਜ ਪੀਟੀਸੀ ਸ਼ੋਕੇਸ ਦੇ ਮਹਿਫਿਲੇ ਖਾਸ 'ਚ ਜਿਹੜੇ ਆਰਟਿਸਟ ਨੇ ਸਾਡੇ ਨਾਲ ਜਿਹੜੇ ਕਲਾਕਾਰ ਨੇ ਉਹ ਸਾਡੇ ਇਸ ਐਪੀਸੋਡ ਨੂੰ ਰੋਸ਼ਨਾਉਣਗੇ ਮਗਰ ਮੈਂ ਉਹਨਾਂ ਬਾਰੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਵਰਗਾ ਨਾ ਤਾਂ ਕੋਈ ਹੈ ਅਤੇ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਸਿਕੰਦਰ ਸਿਰਫ ਇੱਕੋ ਹੀ ਹੁੰਦਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਕੰਦਰ ਮੇਰੇ ਨਾਲ ਮੌਜੂਦ ਨੇ ਸਰਦੂਲ ਸਿਕੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਪੀਟੀਸੀ ਸ਼ੋਕੇਸ ਦੇ ਜਿੰਨੇ ਵੀ ਤਮਾਮ ਸਾਡੇ ਦਰਸ਼ਕ ਨੇ ਸਾਡੇ ਵਿਊਜ਼ ਨੇ ਸਭ ਨੂੰ ਸਤਿ ਸ਼੍ਰੀ ਅਕਾਲ ਆਦਾਬ ਪ੍ਰਣਾਮ ਅਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਹ ਕਿਉਂਕਿ ਤੁਸੀਂ ਮੇਰੇ ਗ੍ਰਾਹੀ ਹੋ ਜੀ ਬਿਲਕੁਲ ਤੁਸੀਂ ਮੇਰੇ ਸ਼ਹਿਰ ਦੇ ਹੋ ਬਿਲਕੁਲ ਔਰ ਸ਼ਹਿਰ ਦਾ ਬੰਦਾ ਕਿਤੇ ਵੀ ਮਿਲੇ ਤਾਂ ਭੱਜ ਕੇ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਬਿਲਕੁਲ ਬਿਲਕੁਲ ਵਤਨ ਦੀਆਂ ਸ਼ਹਿਰ ਦੀਆਂ ਐਗਜੈਕਟਲੀ ਚਲੋ ਆਪਾਂ ਸ਼ਹਿਰ ਤੋਂ ਹੀ ਸ਼ੁਰੂ ਕਰਦੇ ਹਾਂ ਜੀ ਜੇ ਆਪਾਂ ਖੰਨੇ ਦੀ ਜੇ ਆਪਾਂ ਗੱਲ ਕਰੀਏ ਮੇਰੇ ਖਿਆਲ ਨਾਲ ਖੰਨੇ ਸ਼ਹਿਰ ਨੂੰ ਇੱਕ ਤਰ੍ਹਾਂ ਦੀ ਬਲੈਸਿੰਗ ਹੈ ਕਿਉਂਕਿ ਉੱਥੋਂ ਕਈ ਆਰਟਿਸਟ ਨਿਕਲਦੇ ਹੈ ਅਤੇ ਕਈ ਜਿਹੜੇ ਨਵੇਂ ਜਿਹੜੇ ਆਰਟਿਸਟ ਹੈ ਉਹ ਵੀ ਆਪਣੇ ਕਰੀਅਰ ਜਿਹੜਾ ਅਜ਼ਮਾ ਰਹੇ ਨੇ ਅਤੇ ਤੁਹਾਨੂੰ ਲੱਗਦਾ ਕਿ ਖੰਨਾ ਇਜ਼ ਬਲੈਸਡ ਵਿਦ ਆਰਟ ਬਿਲਕੁਲ ਕਿਉਂ ਨਹੀਂ ਉਹ ਤਾਂ ਵੈਸੇ ਤਾਂ ਖੰਨਾ ਜਿਹੜਾ ਖੰਨੇ ਦੀ ਜਿਹੜੀ ਡੈਫੀਨੇਸ਼ਨ ਹੈ ਖੰਨੇ ਦਾ ਜਿਹੜਾ ਮਤਲਬ ਹੈ ਉਹ ਚੌਥਾ ਹਿੱਸਾ ਹੁੰਦਾ ਵਨ ਫੋਰਥ ਰਾਈਟ ਉਹਨੂੰ ਖੰਨਾ ਕਹਿੰਦੇ ਆ ਜੀ ਪੁਰਾਣੀਆਂ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ ਉਹ ਰੋਟੀ ਦੇ ਚੌਥੇ ਹਿੱਸੇ ਨੂੰ ਇੱਕ ਤਾਂ ਹੁੰਦਾ ਅੱਧਾ ਹਿੱਸਾ ਰੋਟੀ ਦਾ ਜੀ ਉਹਨਾਂ ਨੇ ਕਹਿਣਾ ਮੈਨੂੰ ਖੰਨਾ ਦੇ ਦੇ ਖੰਨਾ ਮਤਲਬ ਚੌਥਾ ਹਿੱਸਾ ਦੇ ਦੇ ਰੋਟੀ ਦਾ ਪਰ ਉਹ ਖੰਨਾ ਚੌਥਾ ਹਿੱਸਾ ਜਿਹੜਾ ਜੀ ਅਤੇ ਚੌਥਾ ਹਿੱਸਾ ਜਿੱਥੇ ਵੀ ਲੱਗ ਜਾਵੇ ਜੀ ਉਹ ਉਹਨੂੰ ਪੂਰਾ ਕਰ ਦਿੰਦਾ ਕਿਸੇ ਵੀ ਚੀਜ਼ ਰਾਈਟ ਅਤੇ ਤਿੰਨ ਹਿੱਸੇ ਹੋਣ ਤਾਂ ਅਧੂਰੇ ਹੁੰਦੇ ਆ ਚੌਥਾ ਹਿੱਸਾ ਆਉਂਦਾ ਅਤੇ ਉਹ ਕੰਪਲੀਟ ਹੁੰਦਾ ਸੋ ਖੰਨੇ ਨੂੰ ਇਹ ਤੌਫੀਕ ਹੈ ਮੇਰੇ ਤੋਂ ਇਲਾਵਾ ਮੈਂ ਤਾਂ ਨਾ ਸਿਗਾ ਨਾ ਹੈਗਾ ਨਾ ਮੈਂ ਤਾਂ ਕੁਛ ਵੀ ਨਹੀਂ ਹੈਗਾ ਹੈ ਨਾ ਸੋ ਬਹੁਤ ਵੱਡੇ ਵੱਡੇ ਸਟਾਰ ਸਾਡੇ ਖੰਨੇ ਨੇ ਦਿੱਤੇ ਲਾਭ ਜੰਜੂਆ ਵਰਗੇ ਦਵਿੰਦਰ ਖੰਨਾ ਜੀ ਔਰ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਉੱਥੋਂ ਜਿਹੜੇ ਅਜੇ ਰਾਈਜ਼ ਕਰ ਰਹੇ ਨੇ ਜਿਨ੍ਹਾਂ ਨੇ ਹੋਰ ਕਰਨਾ ਵੀ ਹੈ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਬਾਹਰ ਜਾ ਕੇ ਗੱਲ ਕਰੀਦੀ ਹੈ ਅਬਰੋਡ ਤੁਹਾਡਾ ਜੀ ਖੰਨਾ ਜੀ ਉਹ ਜਦੋਂ ਤੁਹਾਡਾ ਖੰਨਾ ਕਹਿੰਦੇ ਨੇ ਅਤੇ ਉਹ ਇੱਕ ਅਜੀਬ ਸਵਾਦ ਜਿਹਾ ਮਹਿਸੂਸ ਹੁੰਦਾ ਇੱਕ ਅਜੀਬ ਸਰੂਰ ਜਿਹਾ ਮਹਿਸੂਸ ਹੁੰਦਾ ਸਾਡਾ ਖੰਨਾ ਜੀ ਅਤੇ ਇਹ ਪਰਮਾਤਮਾ ਦੀ ਇਹ ਕਰਮ ਨਵਾਜ਼ੀ ਹੈ ਉਹਦੀ ਰਹਿਮਤ ਹੈ ਕਿ ਉਹਨੇ ਖੰਨੇ ਨੂੰ ਬਹੁਤ ਭਾਗ ਲਾਏ ਔਰ ਟ੍ਰੈਜਡੀਜ਼ ਵੀ ਇਹ ਹੈ ਕਿ ਸਾਡੇ ਖੰਨੇ ਦੇ ਵਿੱਚ ਦਾ ਸਾਡਾ ਸਟਾਰ ਜਿਹੜਾ ਉਹ ਲਾਭ ਜੰਜੂਆ ਜੀ ਉਹ ਮੇਰਾ ਬਚਪਨ ਦਾ ਮੇਰਾ ਮਿੱਤਰ ਅਸੀਂ ਇਕੱਠੇ ਹੀ ਅੰਦਰ ਲਹਿੜੀ ਰੋਡ 'ਤੇ ਜਿਹੜਾ ਰਹਿੰਦੇ ਵੀ ਅਸੀਂ ਇਕੱਠੇ ਰਹੇ ਹਾਂ ਥੋੜ੍ਹੀ ਥੋੜ੍ਹੀ ਦੂਰ 'ਤੇ ਜੀ ਔਰ ਉਹ ਛੱਡ ਕੇ ਚਲਿਆ ਗਿਆ ਸਾਨੂੰ ਅਤੇ ਇਹ ਇਹ ਖੰਨੇ ਦੀ ਟ੍ਰੈਜਡੀ ਵੀ ਹੈ ਕਿ ਇੱਕ ਸਟਾਰ ਉੱਥੋਂ ਮਾਈਨਸ ਹੋ ਗਿਆ ਸੋ ਪਰਮਾਤਮਾ ਉਸ ਜਗ੍ਹਾ ਨੂੰ ਭਰੇ ਜੀ ਪਰਮਾਤਮਾ ਉਸ ਜਗ੍ਹਾ ਨੂੰ ਪੂਰ ਕਰ ਦੇਵੇ ਅਤੇ ਉਹ ਜਿਹੜੀ ਅਧੂਰਾਪਣ ਹੈ ਕੋਈ ਕਿਸੇ ਦਾ ਅਧੂਰਾਪਣ ਪੂਰਾ ਤਾਂ ਨਹੀਂ ਕਰ ਸਕਦਾ ਬਿਲਕੁਲ ਪਰ ਫਿਰ ਵੀ ਕੋਈ ਐਸਾ ਚਿਰਾਗ ਪੈਦਾ ਕਰੇ ਜਿਹਦੇ ਨਾਲ ਉਹ ਜਿਹੜੀ ਰੋਸ਼ਨੀ ਮੱਧਮ ਹੋਈ ਹੈ ਅਤੇ ਉਹਦੇ ਨਾਲ ਫਿਰ ਰੋਸ਼ਨ ਆਵੇ ਖੰਨਾ ਅੱਛਾ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜਿਸ ਤਰ੍ਹਾਂ ਆਪਣੇ ਖੰਨੇ 'ਚੋਂ ਕਈ ਆਰਟਿਸਟ ਨੇ ਪਰ ਜਿਹੜੀ ਖੰਨੇ ਦੀ ਪਛਾਣ ਹੈ ਨਾ ਉਹ ਤੁਹਾਡੇ ਤੋਂ ਹੀ ਹੁੰਦੀ ਹੈ ਕਿਉਂਕਿ ਅਸੀਂ ਟਰੈਵਲ ਕਰਦੇ ਰਹਿੰਦੇ ਹਾਂ ਲੋਕਾਂ ਨੂੰ ਅਸੀਂ ਮਿਲਦੇ ਰਹਿੰਦੇ ਹਾਂ ਅਤੇ ਕਿੱਥੋਂ ਭਾਅ ਜੀ ਖੰਨੇ ਤੋਂ ਅੱਛਾ ਅੱਛਾ ਜਿੱਥੋਂ ਸਰਦੂਲ ਭਾਅ ਜੀ ਅਤੇ ਉਸ ਸ਼ਹਿਰ ਦੀ ਪਛਾਣ ਵੀ ਤੁਹਾਡੇ ਤੋਂ ਹੀ ਹੈ ਮੇਰੀ ਪਹਿਚਾਣ ਖੰਨੇ ਨਾਲ ਹੈ ਜੀ ਖੰਨੇ ਦੀ ਪਹਿਚਾਣ ਮੇਰੇ ਨਾਲ ਨਹੀਂ ਹੈ ਜੀ ਕਿਉਂਕਿ ਘੋੜਾ ਫਿਰ ਇਹ ਗਰਾਂ ਗਰਾਂ ਜਿਸ ਕਾ ਘੋੜਾ ਉਸੀ ਕਾ ਨਾਂ ਰਾਈਟ ਘੋੜਾ ਜਿਹੜਾ ਉਹ ਜਿੱਥੇ ਵੀ ਰੇਸ ਜਾਂਦਾ ਉਹ ਜਿੱਤਦਾ ਉਹ ਘੋੜੇ ਦਾ ਨਾਮ ਨਹੀਂ ਹੁੰਦਾ ਜੀ ਉਹ ਘੋੜੇ ਵਾਲੇ ਦਾ ਹੁੰਦਾ ਜਾਂ ਫਿਰ ਕਿੱਥੋਂ ਦਾ ਘੋੜਾ ਉਹ ਰਾਈਟ ਫਿਰ ਉਹਦਾ ਨਾਮ ਹੁੰਦਾ ਸੋ ਇਹ ਖੰਨੇ ਦੀਆਂ ਖੰਨੇ ਸ਼ਹਿਰ ਦੀਆਂ ਔਰ ਇਰਦ ਗਿਰਦ ਦੇ ਜਿੰਨੇ ਵੀ ਪਿੰਡ ਨੇ ਔਰ ਸ਼ਹਿਰ ਨੇ ਜੀ ਉਹਨੇ ਲੋਕਾਂ ਦੀਆਂ ਦੁਆਵਾਂ ਉਹਨਾਂ ਦੀਆਂ ਬਲੈਸਿੰਗ ਸਭ ਮੇਰੇ ਇਕੱਲੇ ਨਾਲ ਨਹੀਂ ਜਿੰਨੇ ਵੀ ਉਸ ਸ਼ਹਿਰ ਦੇ ਕਲਾਕਾਰ ਨੇ ਸਭ ਨਾਲ ਜੁੜੀਆਂ ਹੋਈਆਂ ਔਰ ਇੱਦਾਂ ਹੀ ਰਹਿਣ ਬਲੈਸਿੰਗ ਮੇਰੀ ਦੁਆ ਹੈ ਜੀ ਬਿਲਕੁਲ ਇੱਦਾਂ ਹੀ ਰਹਿਣਗੀਆਂ ਜੀ ਅਤੇ ਆਪਾਂ ਆਪਣੇ ਸ਼ਹਿਰ ਦੀ ਗੱਲ ਕਰ ਰਹੇ ਹਾਂ ਹੁਣ ਆਪਾਂ ਤੁਹਾਡੇ ਲੇਟੈਸਟ ਟਰੈਕ ਪਿੰਡ ਮੇਰਿਆਂ ਦੀ ਗੱਲ ਕਰਦੇ ਬਿਲਕੁਲ ਬਿਲਕੁਲ ਇਸ ਟਰੈਕ ਨੂੰ ਕਾਫੀ ਪਿਆਰ ਮਿਲ ਰਿਹਾ ਅਤੇ ਇਹ ਤਾਂ ਕਹਿਣ ਦੀ ਲੋੜ ਹੁੰਦੀ ਤੁਸੀਂ ਬਹੁਤ ਚੰਗਾ ਗਾਇਆ ਬਹੁਤ ਸੁਰੀਲਾ ਗਾਇਆ ਕਿਉਂਕਿ ਤੁਸੀਂ ਹਮੇਸ਼ਾ ਕੁਛ ਵੀ ਲੈ ਕੇ ਆਉਂਦੇ ਹੋ ਚੰਗੀ ਚੀਜ਼ ਹੀ ਤੁਸੀਂ ਲੈ ਕੇ ਆਉਂਦੇ ਹੋ ਕੋਸ਼ਿਸ਼ ਰਹੀ ਹੈ ਅਤੇ ਇਹ ਟਰੈਕ ਦਾ ਚੋਣ ਤੁਸੀਂ ਕਿਵੇਂ ਕੀਤਾ ਅਤੇ ਤੁਸੀਂ ਕਿਵੇਂ ਡਿਸਾਈਡ ਕੀਤਾ ਵੀ ਹਾਂ ਹੁਣ ਇਹ ਟਰੈਕ ਲੈ ਕੇ ਆਉਣਾ ਚਾਹੀਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੀ ਮੈਂ ਕਿਸੇ ਆਰਟਿਸਟ ਨੂੰ ਮਾੜਾ ਨਹੀਂ ਕਹਿੰਦਾ ਜੀ ਹਰ ਫੁੱਲ ਦੀ ਆਪਣੀ ਖੁਸ਼ਬੂ ਹੁੰਦੀ ਹੈ
ਹਰ ਚਿਰਾਗ ਦੀ ਆਪਣੀ ਲੋਅ ਹੁੰਦੀ ਹੈ ਰਾਈਟ ਔਰ ਜਿੰਨੇ ਵੀ ਇੱਥੇ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਨੇ ਉਹ ਸਾਰਾ ਆਪਣੀ ਬੁੱਧੀ ਅਨੁਸਾਰ ਔਰ ਆਪਣੀ ਜ਼ਿਹਨੀਅਤ ਮੁਤਾਬਕ ਉਹ ਵਧੀਆ ਹੀ ਕਰਦੇ ਨੇ ਜੀ ਪਰ ਹੁਣ ਜੋ ਟਰੈਕ ਜਿਹੜੇ ਚੱਲਦੇ ਨੇ ਉਹ ਜ਼ਿਆਦਾ ਜਾਂ ਤਾਂ ਡਾਂਸਿੰਗ ਨੇ ਜੀ ਜਾਂ ਰੋਮੈਂਟਿਕ ਨੇ ਕਰੈਕਟ ਉਹਦੇ ਵਿੱਚੋਂ ਜਿਹੜੀ ਮਿਸਿੰਗ ਹੈ ਉਹ ਇੱਕ ਮਾਂ ਪਿਓ ਦੇ ਪਿਆਰ ਦੀ ਇੱਕ ਪਿੰਡ ਦੇ ਪਿਆਰ ਦੀ ਪਿੰਡ ਦੀ ਮਿੱਟੀ ਦੀ ਉਹ ਪਿੰਡ ਦੀਆਂ ਬੋਹੜਾਂ ਜੀ ਉਹ ਸੱਥਾਂ ਉਹ ਮਿਸਿੰਗ ਸੀਗਾ ਮੈਨੂੰ ਲੱਗਿਆ ਕਿ ਹੁਣ ਮਿਸਿੰਗ ਹੈ ਇੱਕ ਮੇਰੀ ਵਾਪਸੀ ਜਿਹੜੀ ਹੈ ਬਹੁਤ ਦੇਰ ਤੋਂ ਬਾਅਦ ਜੀ ਇਸ ਟਰੈਕ ਨਾਲ ਹੋਈ ਜੀ ਮੈਂ ਚਾਹੁੰਦਾ ਸੀਗਾ ਕਿ ਜਿਹੜੀਆਂ ਗੱਲਾਂ ਨਾਲ ਸਾਨੂੰ ਜਾਣਿਆ ਜਾਂਦਾ ਕਿ ਉਹਦੇ ਨਾਲ ਹੀ ਵਾਪਸੀ ਹੋਵੇ ਸਾਡੀ ਔਰ ਹਰ ਬੰਦਾ ਅੱਜ ਥੋੜ੍ਹਾ ਜਿਹਾ ਵੀ ਅਰਾਈਜ਼ ਕਰਦਾ ਥੋੜ੍ਹਾ ਜਿਹਾ ਵੀ ਕਿਤੇ ਜੋਬ ਕਰਦਾ ਉਹ ਸੋਚਦਾ ਮੈਂ ਆਪਣੇ ਬੱਚਿਆਂ ਨੂੰ ਅਤੇ ਆਪਣੀ ਮਾਂ ਨੂੰ ਜੀ ਮੈਂ ਪਿੰਡੋਂ ਸ਼ਹਿਰ ਲੈ ਜਾਵਾਂ ਬਿਲਕੁਲ ਕਿ ਮੈਨੂੰ ਡੇਲੀ ਅਪ ਡਾਊਨ ਕਰਨਾ ਬੜਾ ਮੁਸ਼ਕਿਲ ਲੱਗਦਾ ਉਹ ਚਲਿਆ ਤਾਂ ਜਾਂਦਾ ਉਹਦੀ ਮਜਬੂਰੀ ਹੈ ਪਰ ਉਹਦੀ ਰੂਹ ਜਿਹੜੀ ਹੈ ਉਹ ਪਿੰਡ 'ਚ ਹੀ ਰਹਿੰਦੀ ਹੈ ਉਹਨੂੰ ਸੁਪਨੇ ਵੀ ਪਿੰਡ ਦੇ ਹੀ ਆਉਂਦੇ ਆ ਤੁਸੀਂ ਜਿਹੜੇ ਮਰਜ਼ੀ ਸ਼ਖਸ ਨੂੰ ਪੁੱਛੋ ਅੱਜ ਚੰਡੀਗੜ੍ਹ ਆ ਜਾਵੇ ਬੰਦਾ ਬੰਬੇ ਚਲ ਜਾਵੇ ਦਿੱਲੀ ਚਲ ਜਾਵੇ ਬੈਂਗਲੌਰ ਮੈਟਰੋ ਸਿਟੀ ਜਿੱਥੇ ਮਰਜ਼ੀ ਜਾਵੇ ਉਹਨੂੰ ਸੁਪਨੇ ਆਪਣੇ ਪਿੰਡ ਦੇ ਹੀ ਆਉਣੇ ਆ ਜਾਂ ਸੁਪਨੇ ਉਸ ਗਲੀਆਂ ਦੇ ਆਉਣੇ ਆ ਜਿੱਥੇ ਉਹਦਾ ਬਚਪਨ ਗੁਜ਼ਰਿਆ ਚਾਹੇ ਉਹ ਸ਼ਹਿਰ ਹੈ ਚਾਹੇ ਉਹ ਪਿੰਡ ਹੈ ਚਾਹੇ ਉਹ ਖੂਹ ਹੈ ਅਤੇ ਚਾਹੇ ਉਹ ਸੱਥ ਹੈ ਬੋਰਡ ਨੇ ਜਿੱਥੇ ਉਹ ਖੇਡਿਆ ਪਲਿਆ ਜੰਮਿਆ ਜਿੱਥੇ ਉਹਦੀਆਂ ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ ਨੇ ਔਰ ਬਚਪਨ ਦੀਆਂ ਜਿਹੜੀਆਂ ਮੋਹ ਦੀਆਂ ਤੰਦਾਂ ਹੁੰਦੀਆਂ ਨਾ ਉਹ ਮਰਨ ਤੱਕ ਨਹੀਂ ਭੁੱਲਦੀਆਂ ਉਹ ਸਿਵਿਆਂ ਤੱਕ ਨਾਲ ਹੀ ਜਾਂਦੀਆਂ ਨੇ ਹਮੇਸ਼ਾ ਸੋ ਮੈਂ ਉਸ ਗੱਲ ਨੂੰ ਦਰਸਾਇਆ ਹਾਲਾਂਕਿ ਬਹੁਤ ਸਾਰੇ ਗਾਣੇ ਪਿੰਡ ਨਾਲ ਰਿਲੇਟਡ ਆਉਂਦੇ ਆ ਜੀ ਪਰ ਇੱਕ ਉਰਦੂ ਦਾ ਸ਼ੇਅਰ ਹੈ ਕਿ ਆਲਮ ਦੁਨੀਆ ਮੇਂ ਕੋਈ ਚੀਜ਼ ਨਈ ਨਹੀਂ ਹੋਤੀ ਮਗਰ ਅੰਦਾਜ਼ੇ ਬਯਾਂ ਉਸੇ ਨਯਾ ਬਣਾ ਦਿੱਤਾ ਹੈ ਔਰ ਅੰਦਾਜ਼ੇ ਬਯਾਂ ਹਰ ਇੱਕ ਬੰਦੇ ਦਾ ਆਪਣਾ ਹੁੰਦਾ ਜੀ ਅਤੇ ਸਾਡਾ ਵੀ ਛੋਟਾ ਜਿਹਾ ਕੋਸ਼ਿਸ਼ ਜਿਹੜੀ ਹੈ ਅੰਦਾਜ਼ੇ ਬਿਆਂ ਦੀ ਉਹ ਅਸੀਂ ਵੀ ਪੇਸ਼ ਕਰ ਦਿੰਦੇ ਹਾਂ ਕਿਉਂਕਿ ਇਹ ਤੇਰੇ ਕਰਮ ਕੀ ਬਾਤ ਹੈ ਇਹ ਤੇਰੇ ਕਰਮ ਕੀ ਬਾਤ ਹੈ ਇਹ ਤੇਰੀ ਹੀ ਤੋਂ ਬਾਤ ਹੈ ਕਿ ਬਾਤ ਅਬ ਤੱਕ ਬਣੀ ਹੋਈ ਹੈ ਕਿਆ ਬਾਤ ਹੈ ਇਹ ਅਦਰਵਾਈਜ਼ ਇਹ ਯੁੱਗ ਜਿਹੜਾ ਸਾਇੰਟੀਫਿਕ ਯੁੱਗ ਇੰਨਾ ਫਾਸਟ ਜਿਹੜਾ ਇਹ ਟਾਈਮ ਗੁਜ਼ਰ ਰਿਹਾ ਜਿਸ ਦੀ ਕਹਾਵਤ ਐਗਜ਼ਾਮਪਲ ਇਹ ਹੈ ਵੀ ਜਿੰਨੀ ਦੇਰ ਦਿਖਦੇ ਰਹੋਗੇ ਉਨੀ ਦੇਰ ਵਿਕਦੇ ਰਹੋਗੇ ਐਗਜੈਕਟਲੀ ਦਿਖਣਾ ਬੰਦ ਵਿਕਣਾ ਬੰਦ ਪਰ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਇਹ ਸਾਡੇ ਨਾਲ ਨਹੀਂ ਜੋੜੀ ਗੱਲ ਜੀ ਐਗਜੈਕਟ ਕੁਛ ਅਸੀਂ ਐਸੇ ਚਲੋ ਮੈਂ ਤਾਂ ਨਹੀਂ ਉਹਨਾਂ ਵਿੱਚ ਗੁਰਦਾਸ ਪਾਤ ਜੀ ਨੇ ਹੰਸ ਪਾਤ ਜੀ ਨੇ ਤੁਸੀਂ ਵੀ ਬਿਲਕੁਲ ਹੋ ਸਰ ਉਹ ਲੋਕਾਂ ਨੂੰ ਦਿਖਣ ਦੀ ਲੋੜ ਨਹੀਂ ਹੈ ਉਹ ਲੋਕਾਂ ਦੇ ਦਿਲਾਂ 'ਚ ਵਸ ਚੁੱਕੇ ਨੇ ਜੀ ਕੁਛ ਤਾਂ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਦਿਖਣ ਨਾਲ ਯਾਦ ਆਉਂਦੀਆਂ ਕੁਛ ਅੱਜ ਵੀ ਜਿਹੜਾ ਤੁਸੀਂ ਜਿੱਥੇ ਵੀ ਤੁਹਾਡੀ ਬਰੋਟਅਪ ਹੋਈ ਜਿੱਥੇ ਵੀ ਤੁਸੀਂ ਪਲੇ ਬੜੇ ਹੋਏ ਜੀ ਉਹ ਉੱਥੇ ਦੀ ਇੱਕ ਇੱਕ ਚੀਜ਼ ਤੁਹਾਡੇ ਜ਼ਿਹਨ ਦੇ ਵਿੱਚ ਹੋਣੀ ਹੈ ਅੱਜ ਅਸੀਂ ਕਿਤੇ ਵੀ ਅਬਰੋਡ ਜਾਈਏ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਅਤੇ ਉਹ ਬੰਦੇ ਪਤਾ ਕੀ ਕਹਿੰਦੇ ਆ ਜਿੱਥੇ ਵੀ ਕਿਤੇ ਮਿਲੇ ਉਹ ਜੀ ਤੁਹਾਡਾ ਫੁੱਲਾਂ ਦੀ ਕੱਚੀ ਵਪਾਰ ਨੇ ਗਾਣਾ ਆਇਆ ਸੀ ਨਾ ਉਦੋਂ ਅਸੀਂ ਕਾਲਜ ਪੜ੍ਹਦੇ ਸੀ ਅਸੀਂ ਲੱਖਾਂ ਗਾਣੇ ਆਏ ਲੱਖਾਂ ਚੱਲ ਜਾਣਗੇ ਉਹ ਸਾਨੂੰ ਉਹ ਨਹੀਂ ਭੁੱਲਦਾ ਕਿਉਂਕਿ ਉਦੋਂ ਜਿਹੜੀ ਤੁਹਾਡੀ ਜ਼ਿਹਨ ਦੀ ਬ੍ਰੇਨ ਦੀ ਮੈਮਰੀ ਹੈ ਜੀ ਉਹ ਮੈਮਰੀ ਕਾਰਡ ਬੜਾ ਫਰੈਸ਼ ਹੁੰਦਾ ਕਰੈਕਟ ਜਿਹੜੀ ਚੀਜ਼ ਫੀਡ ਹੋ ਗਈ ਉਦੋਂ ਅਤੇ ਫਿਰ ਉਹ ਉਮਰਾਂ ਬੱਧੀ ਡਿਲੀਟ ਨਹੀਂ ਹੋ ਸਕਦੀ ਤੁਸੀਂ ਚਾਹੋ ਵੀ ਨਾ ਜੀ ਡਿਲੀਟ ਕਰਨੀ ਉਹ ਡਿਲੀਟ ਨਹੀਂ ਹੁੰਦੀ ਇਸੇ ਤਰ੍ਹਾਂ ਪਿੰਡਾਂ ਦੀਆਂ ਯਾਦਾਂ ਵੀ ਆਪਣੀਆਂ ਇੱਦਾਂ ਦੀਆਂ ਉਹਨਾਂ ਚਾਚੀਆਂ ਦੀਆਂ ਉਹਨਾਂ ਤਾਈਆਂ ਦੀਆਂ ਉਹਨਾਂ ਬਜ਼ੁਰਗ ਮਾਤਾਵਾਂ ਦੀਆਂ ਮੈਂ ਬਹੁਤ ਸ਼ਰਾਰਤੀ ਹੁੰਦਾ ਸੀ ਬਚਪਨ ਦੇ ਵਿੱਚ ਅਤੇ ਜਦੋਂ ਮੈਂ ਪਿੰਡ ਗਰਮੀਆਂ 'ਚ ਲਾਈਟ ਲੂਟ ਉੱਥੇ ਹੁੰਦੀ ਨਹੀਂ ਸੀ ਜੀ ਜੀ ਅਤੇ ਸਾਡੇ ਪਿੰਡ ਦੀਆਂ ਚਾਚੀਆਂ ਤਾਈਆਂ ਨੇ ਸਾਰੀਆਂ ਨੇ ਖੇੜੀ ਨੌ ਸਿੰਘ ਮੇਰਾ ਪਿੰਡ ਜੀ ਜੀ ਅਤੇ ਉਹਨਾਂ ਨੇ ਪੱਖੀ ਚੱਲਦੀਆਂ ਨੇ ਗਲੀ 'ਚ ਪੱਖੀ ਚੱਲਦੇ ਚੱਲਦੇ ਉੱਥੇ ਸੌ ਜਾਣਾ ਉੱਥੇ ਪੱਖੀ ਗਿਰ ਜਾਣੀ ਉਹਨਾਂ ਦੀ ਤਾਂ ਮੈਨੂੰ ਪਤਾ ਹੁੰਦਾ ਸੀ ਕਿਹੜੀ ਬਜ਼ੁਰਗ ਮਾਤਾ ਜਿਹਨੂੰ ਕੱਪੜੇ ਬਹੁਤ ਪਸੰਦ ਨੇ ਲੈਣੇ ਬਜਾਜੀ ਤੋਂ ਜੀ ਅਤੇ ਜਿਹਨੂੰ ਚੂੜੀਆਂ ਪਸੰਦ ਨੇ ਜਿਹਨੂੰ ਕਿਹਨੂੰ ਮੇਕਅਪ ਦਾ ਸਮਾਨ ਪਸੰਦ ਹੈ ਮੈਂ ਉਹਦੇ ਘਰ ਜਾ ਕੇ ਹੋਕਾ ਲਾ ਦੇਣਾ ਅੱਛਾ ਮੰਨ ਲਓ ਕੱਚ ਦੀਆਂ ਰਬੜ ਦੀਆਂ ਚੂੜੀਆਂ ਨੌਪਾਲ ਸ਼ੀਸ਼ੇ ਕੰਘੇ ਕੰਘੀਆਂ ਲੈ ਉਹਨੇ ਸੁੱਤੀ ਉੱਠ ਕੇ ਆ ਜਾਣਾ ਬਾਹਰ ਜਦ ਦੇਖਣਾ ਕਿ ਹੈ ਹੀ ਕੋਈ ਨਹੀਂ ਬੰਦਾ ਵੇਚਣ ਵਾਲਾ ਕੋਈ ਨਹੀਂ ਜੀ ਅਤੇ ਜਿਹੜੀ ਕੱਪੜੇ ਦੀ ਸ਼ੌਕੀਨ ਹੈ ਉਹਦੇ ਮੂਹਰੇ ਕੱਪੜੇ ਦਾ ਹੋਕਾ ਲਾ ਇਹ ਸ਼ੀਟਾਂ ਲੱਠੇ ਮਾਮਲੀਨਾ ਬੋਸ਼ਕੀਆਂ ਪਾਪਲੀਨਾਂ ਦੇ ਸੂਟ ਮਤਲਬ ਉਹ ਪਿੰਡ ਜਦੋਂ ਇੱਕ ਦੂਸਰੀ ਨੇ ਚਾਚੀ ਨੇ ਤਾਈ ਨੂੰ ਮਿਲਣਾ ਇੱਥੇ ਕਹਿੰਦੀ ਉਹ ਵੰਗਾਂ ਵਾਲਾ ਆਇਆ ਸੀ ਬੰਦਾ ਉਹ ਕਹਿੰਦੀ ਪਤਾ ਨਹੀਂ ਇੱਥੇ ਕੱਪੜੇ ਵਾਲਾ ਵੀ ਆਇਆ ਸੀਗਾ ਦਿਸਦਾ ਹੈ ਨਹੀਂ ਕਿਤੇ ਫਿਰ ਤੀਸਰੀ ਨੇ ਆ ਕੇ ਦੱਸਣਾ ਸਰਦੂਲ ਸੀਗਾ ਸੋ ਉਹਨਾਂ ਨੇ ਫਿਰ ਡੰਡਾ ਲੈ ਕੇ ਮੇਰੇ ਪਿੱਛੇ ਜਿਹੜਾ ਭੱਜਣਾ ਅੱਛਾ ਉਹ ਡੰਡਾ ਲੈ ਕੇ ਜਿਹੜਾ ਮੇਰੇ ਪਿੱਛੇ ਭੱਜਣਾ ਉਹਨਾਂ ਦਾ ਅਤੇ ਮੇਰਾ ਅੱਗੇ ਭੱਜਣਾ ਔਰ ਮੈਨੂੰ ਫੜ ਕੇ ਉਹਨਾਂ ਨੇ ਉਹ ਡੰਡਾ ਸੁੱਟ ਕੇ ਜਿਹੜਾ ਗੋਦੀ 'ਚ ਘੁੱਟ ਕੇ ਪਿਆਰ ਕਰਨਾ ਉਹ ਕਿਵੇਂ ਭੁੱਲ ਸਕਦਾ ਪਿਆ ਬੰਦਾ
ਅੱਜ ਦੁਨੀਆ ਦੀ ਪੂਰੀ ਦੌਲਤ, ਦੁਨੀਆ ਦੀ ਪੂਰੀ ਸ਼ੋਹਰਤ, ਦੁਨੀਆ ਦੀ ਪੂਰੀ ਇੱਕ ਜਿਹੜੀ ਪੂਰਾ ਫੁੱਲ ਪੈਕੇਜ ਮੇਰੀ ਲਾਈਫ ਦਾ ਉਹ ਇੱਕ ਪਾਸੇ ਹੋ ਜਾਵੇ, ਐਗਜੈਕਟਲੀ, ਅਤੇ ਮੇਰਾ ਉਹ ਇੱਕ ਬਚਪਨ ਇੱਕ ਪਾਸੇ ਹੋ ਜਾਵੇ ਅਤੇ ਮੈਂ ਬਚਪਨ ਨੂੰ ਤਰਜੀਹ ਦੇਵਾਂਗਾ। ਕੀ ਬਾਤ ਹੈ, ਐਸੀਆਂ ਚੀਜ਼ਾਂ ਮਾਈਨਸ ਹੁੰਦੀਆਂ ਜਾ ਰਹੀਆਂ ਸਾਡੇ ਕਲਚਰ ਦੇ ਵਿੱਚੋਂ, ਹੋਰ ਹੀ ਪਾਸੇ ਜਾ ਰਿਹਾ ਸਾਰਾ ਕੁਛ। ਸੋ ਸਾਨੂੰ ਪਰਮਾਤਮਾ ਨੇ ਸ਼ਾਇਦ ਇਸ ਕਰਕੇ ਭੇਜਿਆ ਵੀ ਇਹਨਾਂ ਨੂੰ ਮੁੜ ਕੇ ਵਾਪਸ ਲਿਆਉਂਦੇ ਰਹੋ, ਮੁੜ ਕੇ ਵਾਪਸ ਲਿਆਉਂਦੇ ਰਹੋ। ਜੀ, ਖੂਬਸੂਰਤ ਅਤੇ ਵਜਨਦਾਰ ਗੱਲਾਂ ਦੀ ਅਜੇ ਤਾਂ ਸ਼ੁਰੂਆਤ ਹੀ ਹੋਈ ਹੈ। ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਇੰਡਸਟਰੀ ਦਾ ਨੰਬਰ 1 ਚੈਟ ਸ਼ੋ PTC ਸ਼ੋਕੇਸ। ਅਤੇ ਸਾਡੇ ਇਸ ਸ਼ੋਅ ਦਾ ਅੱਜ ਕੱਦ ਵਧਾਉਣ ਦੇ ਲਈ ਆਏ ਨੇ ਜਨਾਬ ਸਰਦੂਲ ਸਿਕੰਦਰ ਸਾਹਿਬ। ਤੁਹਾਡੇ ਲੇਟੈਸਟ ਟਰੈਕ ਦੀ ਗੱਲ ਕਰ ਰਹੇ ਸੀ, ਪਿੰਡ ਮੇਰਿਆ, ਅਤੇ ਜ਼ਰੂਰ ਚਾਹਵਾਂਗੇ ਕਿ ਸਾਡੇ ਦਰਸ਼ਕਾਂ ਲਈ ਤੁਸੀਂ ਦੋ ਕੁਲੈਨਾ ਸੁਣਾ। ਜ਼ਰੂਰ ਜੀ, ਜ਼ਰੂਰ। ਚਿਹਰਿਆਂ ਦੇ ਉੱਤੇ ਪੌਂਡਾਂ ਡਾਲਰਾਂ ਦੀ ਲਾਲੀ ਏ, ਪਰੀਆਂ ਨੇ ਜੇਬਾਂ ਪਰ ਦਿਲ ਸਾਡੇ ਖਾਲੀ ਏ, ਕੰਮਾਂ ਉੱਤੇ ਜਾਣ ਦੀ ਵੀ ਹਲੇ ਬੜੀ ਕਾਲੀ ਏ, ਕੰਮਾਂ ਉੱਤੇ ਜਾਣ ਦੀ ਵੀ ਹਲੇ ਬੜੀ ਕਾਲੀ ਏ, ਓ ਜ਼ਿੰਦਗੀ ਦਾ ਰਿਹਾਨਾ, ਜ਼ਿੰਦਗੀ ਦਾ ਰਿਹਾਨਾ, ਸਵਾਦ ਪਿੰਡ ਮੇਰਿਆ, ਭੁੱਲਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ, ਭੁੱਲਦੀ ਨਾ ਸਾਨੂੰ ਤੇਰੀ ਉਹ ਯਾਦ ਪਿੰਡ ਮੇਰਿਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਤੁਹਾਡੇ ਵਾਪਸੀ ਕਮ ਬੈਕ ਤੁਹਾਡਾ ਸੌਂਗ ਹੈ ਜੀ, ਇਸ ਤੋਂ ਪਹਿਲਾਂ ਜਦੋਂ ਤੁਹਾਡਾ ਇਸ ਤੋਂ ਪਹਿਲਾਂ ਗਾਣਾ ਆਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਰਮਿਆਨ ਕੀ ਕਰਦੇ ਰਹੇ? ਵੇਖਦਾ ਰਿਹਾ। ਅੱਛਾ, ਲੋਕਾਂ ਨੂੰ ਕੀ ਹੋ ਰਿਹਾ ਜੀ, ਵੇਖਦੇ ਰਹੇ ਕਿ ਮਾਰਕੀਟ 'ਚ ਕੀ ਹੋ ਰਿਹਾ ਜੀ, ਵੇਖਦੇ ਰਹੇ ਕਿ ਹੋ ਕੀ ਰਿਹਾ, ਪਰ ਸਮਝ ਨਹੀਂ ਆਇਆ ਸੱਚੀ, ਔਰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਜੀ, ਇਹ ਉਹਦਾ ਨਿਜ਼ਾਮ ਹੈ, ਜਿਵੇਂ ਉਹ ਚਾਹੁੰਦਾ ਉਵੇਂ ਹੋਈ ਜਾਂਦਾ ਸਾਰਾ ਕੁਛ ਜੀ, ਕਿਉਂਕਿ ਸਾਨੂੰ ਚੁੱਪ ਇਸ ਕਰਕੇ ਰਹੇ ਕਿਉਂਕਿ ਸਿਆਣੇ ਕਹਿੰਦੇ ਵੀ ਜੇ ਮਿੱਟੀ ਦੀ ਹਨੇਰੀ ਚੱਲਦੀ ਹੋਵੇ ਨਾ ਜੀ, ਇੱਕ ਤਾਂ ਹਨੇਰੀ ਹਵਾ ਦੀ ਹੁੰਦੀ ਹੈ ਰਾਈਟ, ਇੱਕ ਮਿੱਟੀ ਦੀ ਹੁੰਦੀ ਹੈ ਜਿਹੜੀ ਤੁਹਾਡੀਆਂ ਅੱਖਾਂ ਭਰ ਦਿੰਦੀ ਹੈ ਰਾਈਟ, ਤੁਹਾਨੂੰ ਜ਼ਿੰਦਗੀ ਲਈ ਕਾਣਾ ਕਰਕੇ ਚੱਲ ਜਾਂਦੀ ਹੈ ਜੀ, ਔਰ ਜੇ ਮਿੱਟੀ ਦੀ ਹਨੇਰੀ ਚੁਲਦੀ ਹੋਵੇ ਉਹਦੇ ਵਿੱਚ ਅੱਖਾਂ ਖੋਲ੍ਹ ਕੇ ਖਲੋਣਾ ਬਹਾਦਰੀ ਨਹੀਂ, ਬੇਵਕੂਫੀ ਹੁੰਦੀ ਹੈ। ਬਿਲਕੁਲ, ਹਨੇਰੀ ਹੁੰਦੀ ਹੈ 10 ਮਿੰਟ ਦੀ, 15 ਮਿੰਟ ਦੀ, 20 ਮਿੰਟ ਦੀ, ਅਤੇ ਉਹਨੇ ਚਲੇ ਜਾਣਾ ਹੁੰਦਾ ਜੀ, ਪਰ ਉਹ 10-15 ਮਿੰਟ ਦੀ ਜਿਹੜੀ ਹਨੇਰੀ ਹੈ ਉਹ ਨੁਕਸਾਨ ਬਹੁਤ ਕਰਕੇ ਜਾਂਦੀ ਹੈ। ਸੋ ਇਸ ਕਰਕੇ ਜਦੋਂ ਹਨੇਰੀ ਦਾ ਬੰਦ ਹੋਣਾ ਜੀ, ਔਰ ਤੁਹਾਡਾ ਚੱਲ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਜੀ, ਉਹ ਫਿਰ ਲਾਜ਼ਮ ਹੋ ਜਾਂਦਾ ਵੀ ਹਨੇਰੀ ਰੁਕ ਗਈ ਹੈ ਹੁਣ ਜੀ, ਹੁਣ ਹਨੇਰੀ ਰੁਕ ਗਈ ਹੈ, ਹੁਣ ਬਹੁਤ ਫਰਕ ਪੈ ਗਿਆ ਇੰਡਸਟਰੀ 'ਚ, ਹੁਣ ਸੱਭਿਅਕ ਗੱਲਾਂ ਹੋਣ ਲੱਗ ਪਈਆਂ, ਹੁਣ ਸੱਭਿਅਕ ਫਿਲਮਾਂ ਬਣਦੀਆਂ ਨੇ, ਹੁਣ ਸੱਭਿਅਕ ਡਰੈਸ ਸੈਂਸ ਹੈ ਲੋਕਾਂ ਨੂੰ ਰਾਈਟ, ਕਿ ਕੀ ਪਾ ਕੇ ਜਾਣਾ ਚਾਹੀਦਾ ਹੈ ਜੀ। ਮੈਂ ਬੜਾ ਖੁਸ਼ ਹੁੰਦਾ, ਇੱਥੋਂ ਤੱਕ ਤਾਂ ਮੈਂ ਕਦੇ ਸੋਚਿਆ ਹੀ ਸੀ ਕਿ ਵੀ ਲੋਕ ਪਰਨੇ ਬਣ ਕੇ ਸਟੇਜਾਂ 'ਤੇ ਪਰਫੋਰਮ ਕਰਨਗੇ, ਕੁੜਤੇ ਪਜਾਮੇ ਪਾ ਕੇ ਪਰਫੋਰਮ ਕਰਨਗੇ, ਫਿਲਮਾਂ 'ਚ ਜਿਹੜੇ ਸਾਡੇ ਹੀਰੋ ਹੋਣਗੇ ਉਹ ਕੁੜਤੇ ਪਜਾਮੇ ਪਾ ਕੇ ਹੀਰੋ ਬਣਗੇ, ਬਹੁਤ ਖੁਸ਼ੀ ਹੋਈ, ਬਹੁਤ ਮਨ ਨੂੰ ਚਾਹ ਹੁੰਦਾ ਕਿ ਇਹ ਸਾਡੀ ਜਿਹੜਾ ਸਾਡਾ ਸੱਭਿਆਚਾਰ ਹੈ ਜੀ, ਅਤੇ ਇਹ ਬਾਗ ਕਮਾਲ ਆਪਣੀ ਜਗ੍ਹਾ 'ਤੇ ਆ ਗਿਆ। ਬਿਲਕੁਲ, ਨਹੀਂ ਤਾਂ ਜੀਨ ਦੀ ਪੈਂਟ ਪਾ ਕੇ ਸ਼ੇਵ ਕਰਾ ਕੇ ਹੀਰੋ ਜੀ, ਜੀਨ ਦੀ ਪੈਂਟ ਪਾ ਕੇ ਸ਼ਰਟ, ਟਾਈਟ ਸ਼ਰਟ ਪਾ ਕੇ ਔਰ ਸ਼ੇਵ ਕਰਾ ਕੇ ਫੋਰ ਟਰੈਕਟਰ 'ਤੇ ਬੈਠਾ ਹੋਇਆ, ਤਾਂ ਲੱਗਦਾ ਝੂਠ ਹੈ ਜੀ ਕੁਛ, ਹੈ ਨਾ? ਬਿਲਕੁਲ, ਅਤੇ ਅੱਜ ਜਦੋਂ ਸਾਡਾ ਹੀਰੋ ਟਰੈਕਟਰ ਚਲਾਉਂਦਾ ਕੁੜਤਾ ਪਜਾਮਾ ਪਾ ਕੇ ਜੀ ਔਰ ਦਾੜੀ ਰੱਖ ਕੇ, ਇਹ ਸਾਡੇ ਯੁੱਗ ਦੀ ਸ਼ੁਰੂਆਤ ਹੈ, ਪੰਜਾਬੀਅਤ ਦੀ ਸ਼ੁਰੂਆਤ ਬਹੁਤ ਵਧੀਆ ਹੈ। ਸਾਡੇ ਗਾਣਿਆਂ 'ਚ ਵੀ ਇੱਦਾਂ ਦੀ ਲੁੱਕ ਆਉਂਦੀ ਹੈ, ਫਿਲਮਾਂ ਦੇ ਵਿੱਚ ਵੀ ਲੁੱਕ ਆਉਂਦੀ ਹੈ, ਅਤੇ ਪੰਜਾਬੀ ਮੁੰਡੇ ਹੀ ਅੱਗੇ ਆ ਰਹੇ ਨੇ ਜੀ, ਸਿੰਗਰ ਵੀ ਨੇ, ਹੋਰ ਵੀ ਪੰਜਾਬੀ ਮੁੰਡੇ ਜਿਹੜੇ ਹੀਰੋ ਵੀ ਆ ਰਹੇ ਨੇ ਔਰ ਸਿੰਗਰ ਵੀ ਨੇ। ਪਹਿਲਾਂ ਸਾਡੀ ਇਹ ਟ੍ਰੈਜਡੀ ਸੀਗੀ ਕਿ ਹੀਰੋ ਕਹਿੰਦਾ ਹੁੰਦਾ ਸੀਗਾ ਕਿ ਆਪਣੇ ਰਣਜੀਤ, ਮੈਂ ਤੈਨੂੰ ਨਾ ਕੱਲ੍ਹ ਨੂੰ ਉਹ ਪੀਲੇ ਕਲੇ ਪੀਲੇ ਚੌਲ ਲਿਆ ਕੇ ਦੇਵਾਂਗਾ, ਕੋਲੀ 'ਚ ਪਾ ਕੇ ਨਾ ਪੌੜੀ ਥੱਲੇ ਬਹਿ ਕੇ ਖਾਈ। ਸਾਨੂੰ ਲੱਗਦਾ ਸਾਡੀ ਪੰਜਾਬੀ ਨੂੰ ਮਜ਼ਾਕ ਕਰ ਰਿਹਾ ਜੀ। ਸੋ ਇਹ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਹੋਈ ਹੈ ਕਿ ਅੱਜ ਸਾਡੇ ਪੰਜਾਬੀ ਮੁੰਡੇ ਹੀਰੋ ਵੀ ਆ ਰਹੇ ਔਰ ਸਿੰਗਰ ਵੀ ਰਾਈਟ, ਔਰ ਉਹਨਾਂ ਦੀ ਪ੍ਰੋਨਾਂਸੀਏਸ਼ਨ ਜਿਹੜੀ ਹੈ ਪ੍ਰੋਪਰ ਪੰਜਾਬੀ ਦੀ ਹੈ। ਕਰੈਕਟ, ਹੈ ਨਾ ਰਾਈਟ, ਜਦੋਂ ਕੋਈ ਬੰਬੇ ਦਾ ਬੰਦਾ ਪੰਜਾਬੀ ਗਾਉਂਦਾ ਸੀਗਾ ਤਾਂ ਲੱਗਦਾ ਸੀ ਯਾਰ ਕੀ ਇੱਧਰ ਕਣਕਾਂ ਉੱਧਰ ਕਣਕਾਂ ਅਤੇ ਹੋਰ ਤਰ੍ਹਾਂ ਲੱਗਦਾ ਸੀਗਾ ਰਾਈਟ। ਅੱਜ ਹੁਣ ਚੰਗਾ ਹੋ ਗਿਆ,
ਤੇ ਅਸੀਂ ਕਿਹਾ ਵੀ ਸਾਨੂੰ ਵੀ ਕੁਛ ਕਰਨਾ ਚਾਹੀਦਾ, ਜਾਣਾ ਚਾਹੀਦਾ। ਔਰ ਦੂਸਰਾ ਨਾ ਕੁਛ ਇਹ ਹੁੰਦਾ ਵੀ ਤੁਹਾਡੇ 'ਤੇ ਜਾਂ ਤੁਸੀਂ, ਕਿਉਂਕਿ ਵੀ ਆਰ ਬੋਰਨ ਫਾਰ ਅਦਰ, ਕਰੈਕਟ, ਅਸੀਂ ਪੈਦਾ ਹੀ ਲੋਕਾਂ ਵਾਸਤੇ, ਅਸੀਂ ਪੈਦਾ ਹੀ ਆਵਾਮ ਵਾਸਤੇ ਹੋਏ ਹਾਂ। ਉਹ ਆਵਾਮ ਦੇ ਜਿਹੜੇ ਰਾਈਟਸ ਨੇ ਉਹ ਤੁਹਾਡੇ 'ਤੇ ਇੰਨੇ ਹਾਵੀ ਹੋ ਜਾਂਦੇ ਆ ਕਿ ਅਸੀਂ ਸਾਹ ਵੀ ਆਵਾਮ ਨੂੰ ਪੁੱਛ ਕੇ ਲੈਣਾ ਹੁੰਦਾ। ਰਾਈਟ। ਜਦੋਂ ਮੈਂ 5-6 ਸਾਲ, ਹੁਣ 7 ਸਾਲ ਚੁੱਪ ਕੀਤਾ ਰਿਹਾ ਜੀ, ਅਤੇ ਪਹਿਲਾਂ ਮੈਨੂੰ ਪੁੱਛਦੇ ਸੀ ਯਾਰ ਕੁਛ ਕਰਨਾ ਕਿ ਨਹੀਂ, ਤੁਸੀਂ ਕੱਢਦੇ ਹੋ ਕੁਛ ਗਾਣਾ ਗੁਣਾ? ਕਰਦੇ ਹਾਂ ਜੀ, ਕਰਦੇ। ਹੁਣ ਉਹਨੂੰ ਕੀ ਦੱਸੀਏ ਕੀ ਮਜਬੂਰੀ ਹੈ ਜੀ। ਅਤੇ ਉਸ ਤੋਂ ਬਾਅਦ ਫਿਰ ਥੋੜ੍ਹੇ ਜਿਹੇ ਹੋਰ ਇਰੀਟੇਟ ਹੋਏ ਆਵਾਮ ਸਾਡੀ, ਚਾਹਤ ਸਾਡੇ ਚਾਹੁਣ ਵਾਲੇ ਜੀ, ਯਾਰ ਤੁਹਾਨੂੰ ਕਦੋਂ ਦੇ ਉਡੀਕਦੇ ਆ ਯਾਰ, ਤੁਸੀਂ ਕਰਦੇ ਕਿਉਂ ਨਹੀਂ ਕੁਛ? ਹੁਣ ਉਹ ਗੱਲ ਹੋ ਗਈ ਸੀਗੀ, ਯਾਰ ਕਰਨਾ ਕਿ ਨਹੀਂ ਕੁਛ, ਕੀ ਕਰਦੇ ਹੋ, ਅਸੀਂ ਤੁਹਾਡੇ ਫੈਨ ਹਾਂ, ਤੁਸੀਂ ਕੁਛ ਚੁੱਪ ਕਰਕੇ ਬੈਠੇ ਹੋਏ ਹੋ। ਪਰ ਉਹਨਾਂ ਨੂੰ ਅਸੀਂ ਵੀ ਕੋਠੇ ਉੱਤੇ ਚੋਰੀ ਹੈ, ਅਸੀਂ ਤੈਨੂੰ ਕੀ ਦੱਸੀਏ ਸਾਡੀ ਕੀ ਮਜਬੂਰੀ ਹੈ। ਮਜਬੂਰੀਆਂ ਬਹੁਤ ਹੁੰਦੀਆਂ ਨੇ ਨਾ। ਅੱਜ ਬਹੁਤ ਸਾਰਾ ਪੈਸੇ ਦੀ ਗਾਇਕੀ ਹੋ ਗਈ ਹੈ ਜੀ, ਅੱਜ ਕੱਲ੍ਹ ਦਿਸਣ ਵਾਲੀ ਗਾਇਕੀ ਹੋ ਗਈ ਹੈ ਜੀ। ਗਾਇਕੀ ਗਾਇਕੀ ਨਹੀਂ, ਜੇ ਸਾਡੇ ਗਾਣੇ ਦੀ ਵੀਡੀਓ ਨਹੀਂ ਬਣਦੀ ਤੇ ਉਹਨੂੰ ਗਾਣਾ ਹੀ ਨਹੀਂ ਮੰਨਿਆ ਜਾਂਦਾ। ਕਰੈਕਟ। ਪਰ ਮੇਰੀ ਖੁਸ਼ਕਿਸਮਤੀ ਹੈ, ਮੇਰੇ ਜਿੰਨੇ ਗਾਣੇ ਹਿੱਟ ਹੋਏ ਉਹ ਸਾਰੇ ਵਿਦਆਊਟ ਵੀਡੀਓ ਦੇ ਹੋਏ। ਬਿਲਕੁਲ। ਕੀ ਫੁੱਲਾਂ ਦੀ ਕੱਚੀ ਵਪਾਰ ਨੇ, ਕੀ ਹੁਸਨਾਂ ਦੇ ਮਾਲਕ, ਕੀ ਚੁੰਨੀ ਜਲ ਲੱਗਤੇ ਬੰਨੀ ਨੀ, ਕੀ ਗੋਰੀ ਗੱਲ ਉੱਤੇ ਨੀਲ ਪਿਆ, ਮਤਲਬ ਕਿੰਨੀਆਂ, ਮੈਂ ਕਿੰਨੇ ਸੌ ਸੈਂਕੜੇ ਗਾਣਿਆਂ ਦੇ ਨਾਮ ਲਵਾਂ ਜਿਹਨਾਂ ਦੀ ਵੀਡੀਓ ਹੀ ਨਹੀਂ ਬਣੀ। ਹੈ ਨਾ। ਪਰ ਹੁਣ ਕੰਸੈਪਟ ਐਸਾ ਕਿ ਵੀਡੀਓ ਤੋਂ ਬਿਨਾਂ ਗਾਣਾ ਹੀ ਨਹੀਂ। ਵੀਡੀਓ ਇੱਕ ਬੈਨੀਫਿਸ਼ਲ ਕੰਮ ਵੀ ਹੈ। ਬਿਲਕੁਲ। ਔਰ ਡਿਸਬੈਨੀਫਿਸ਼ਲ ਵੀ ਕੰਮ ਹੈ। ਕਰੈਕਟ। ਕਿਉਂਕਿ ਤੁਸੀਂ, ਮੈਂ ਗਾਣਾ ਗਾਇਆ ਹੁਣ ਪਿੰਡ ਮੇਰਿਆ ਜੀ, ਜਾਂ ਕੋਈ ਵੀ ਮੈਂ ਗਾਣਾ ਗਾਇਆ, ਤੁਸੀਂ ਉਹਨੂੰ ਆਪਣੀ ਇਮੈਜੀਨੇਸ਼ਨ ਦੇ ਤੌਰ 'ਤੇ ਉਹ ਗਾਣੇ ਨੂੰ ਜ਼ਿਹਨ 'ਚ ਬਿਠਾ ਲਿਆ। ਬਿਲਕੁਲ। ਤੁਸੀਂ ਆਪਣੀ ਆਪ ਸਟੋਰੀ ਬਣਾ ਲਈ। ਰਾਈਟ। ਅਤੇ ਜਦੋਂ ਮੇਰੀ ਬਣਾਈ ਹੋਈ ਸਟੋਰੀ ਸਾਹਮਣੇ ਆਈ, ਤੁਸੀਂ ਕਿਹਾ ਨਹੀਂ ਨਹੀਂ ਇਹ ਥੋੜ੍ਹਾ ਜਿਹੜੀ ਮੈਂ ਸੋਚੀ ਸੀ, ਮੇਰੇ ਵਾਲੀ ਵਧੀਆ, ਇਹ ਤਾਂ ਐਵੇਂ ਹੀ ਹੈ। ਦੂਸਰੀ ਇਹ ਹੈ ਕਿ ਕੋਈ ਕੰਸੈਪਟ ਗਾਣੇ ਦਾ ਨਹੀਂ ਸਮਝ ਆ ਰਿਹਾ, ਉਹ ਵੀਡੀਓ ਸਮਝਾ ਦਿੰਦਾ। ਪਰ ਪ੍ਰੋਬਲਮ ਇਹ ਹੈ ਅੱਜ ਕਿ ਜੇ ਅੱਜ ਵੀਡੀਓ ਦੇ ਵਿੱਚ ਦੁਪੱਟੇ ਦੀ ਜ਼ਰੂਰਤ ਹੈ, ਦੁਪੱਟਾ ਸਾਰੀ ਵੀਡੀਓ 'ਚ ਹੈ ਨਹੀਂ। ਸਹੀ ਗੱਲ ਹੈ। ਜੇ ਅੱਜ ਕੋਕੇ ਦੀ ਜ਼ਰੂਰਤ ਹੈ ਤਾਂ ਕੋਕਾ ਸਾਰੀ ਵੀਡੀਓ 'ਚ ਹੈ ਨਹੀਂ, ਨਜ਼ਰ ਨਹੀਂ ਆਉਂਦਾ। ਸੋ ਇਸ ਕਰਕੇ ਹੁਣ ਜਿਹੜੇ ਵੀਡੀਓ ਮੇਕਰ ਨੇ ਉਹ ਵੀ ਪੰਜਾਬੀ ਨੇ, ਉਹ ਡਾਇਰੈਕਟਰ, ਕੈਮਰਾਮੈਨ, ਸਾਰਾ ਜਿਹੜਾ ਕਰੂ ਹੈ ਉਹ ਹੁਣ ਪੰਜਾਬੀ ਹੋ ਗਿਆ। ਬਿਲਕੁਲ। ਹਰ ਇੱਕ ਬੰਦੇ ਨੂੰ ਪਤਾ ਹੈ ਕਿ ਇਹਦੀ ਪਰਿਭਾਸ਼ਾ ਕੀ ਹੈ, ਇਹਦੀ ਟਰਾਂਸਲੇਸ਼ਨ ਕੀ ਹੈ, ਇਸ ਗੱਲ ਨੂੰ ਕੀ ਕਹਿੰਦੇ ਹੈ। ਹੁਣ ਗਾਣਾ ਵੀ ਜਿਹੜਾ ਹੁੰਦਾ ਨਾ ਜੀ, ਉਹ ਵੀ ਫਿਲਮ ਦੇ ਮਿਆਰ 'ਤੇ ਹੁੰਦਾ ਜੀ। ਪਹਿਲਾਂ ਫਿਲਮਾਂ ਇੱਦਾਂ ਹੀ ਹੁੰਦੀਆਂ ਸੀਗੀਆਂ ਕਿ ਕੋਈ ਅਸਿਸਟੈਂਟ ਨੇ ਪੁੱਛਣਾ ਆਪਣੇ ਡਾਇਰੈਕਟਰ ਨੂੰ ਕਿ ਸਰ ਮੈਂ ਕੈਮਰਾ ਕਿੱਥੇ ਰੱਖਾਂ, ਉਹ ਕਹਿੰਦਾ ਕਿਤੇ ਵੀ ਪੱਧਰੀ ਜਿਹੀ ਜਗ੍ਹਾ ਦੇਖ ਰੱਖ, ਕਿਸੇ ਸਾਫ਼ ਜਿਹੀ ਜਗ੍ਹਾ ਦੇਖ ਰੱਖ ਲੈ। ਉਹ ਅੱਜ ਹੁਣ ਉਹ ਨਹੀਂ ਰਿਹਾ, ਹੁਣ ਟੈਕਨੀਕਲੀ ਸਾਊਂਡ ਹੋ ਗਿਆ, ਸਾਰੇ ਬੱਚੇ ਪੜ੍ਹੇ ਲਿਖੇ ਆ ਰਹੇ ਨੇ, ਸਾਰੇ ਐਜੂਕੇਟਡ ਆ ਰਹੇ ਨੇ, ਹੁਣ ਕੰਮ ਕਰਨ ਦਾ ਮਜ਼ਾ ਬਹੁਤ ਹੈ। ਰਾਈਟ। ਤਾਂ ਕਰਕੇ ਦੁਬਾਰਾ ਲੋਕਾਂ ਨੂੰ, ਲੋਕਾਂ ਦੇ ਉਲਾਂਭੇ ਦੂਰ ਕਰਨ ਵਾਸਤੇ ਫਿਰ ਆਏ ਹਾਂ। ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਅਤੇ ਬ੍ਰੇਕ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਜਾਰੀ ਰਹਿਣਗੀਆਂ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਸਟੇ ਟਿਊਨਡ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਮੇਰੇ ਨਾਲ ਬਿਰਾਜਮਾਨ ਨੇ ਸਰਦੂਲ ਸਿਕੰਦਰ ਸਾਹਿਬ ਜੀ। ਆਪਾਂ ਇਸ ਤੋਂ ਪਹਿਲਾਂ ਬ੍ਰੇਕ 'ਚ ਜਾਣ ਤੋਂ ਪਹਿਲਾਂ ਆਪਾਂ ਮਿਊਜ਼ਿਕ ਦੀ ਗੱਲ ਕੀਤੀ ਹੈ, ਮਿਊਜ਼ਿਕ ਕਿਸ ਤਰ੍ਹਾਂ ਚੇਂਜ ਹੋ ਗਿਆ, ਚੇਂਜ ਹੋ ਕੇ ਦੁਬਾਰਾ ਕਿਸ ਤਰ੍ਹਾਂ ਆਪਾਂ ਆਪਣੇ ਸੱਭਿਆਚਾਰ ਵੱਲ ਆ ਰਹੇ ਹਾਂ, ਇਹ ਗੱਲਾਂ ਹੋਈਆਂ ਜੀ। ਗਾਣੇ ਦੇ ਬੋਲ ਯਾਨੀ ਕਿ ਲਿਰਿਕਸ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਇਹੋ ਜਿਹੇ ਗਾਣੇ ਗਾਏ ਹੈ, ਹਵਾ ਦੀ ਨਬਜ਼ ਰੁਕ ਜਾਂਦੀ ਜਦੋਂ ਝਾਂਜਰ ਤੇਰੀ ਛਣਕੇ, ਜਾਂ ਕਣੀਆਂ ਦੀ ਕਿਣਮਿਣਨੀ ਅੱਜ ਕਹਿਰ ਗੁਜ਼ਾਰ ਗਈ, ਅਤੇ ਇਹੋ ਜਿਹੇ ਲਿਰਿਕਸ ਤੁਸੀਂ ਗਾਏ ਹੈ ਜਿਹੜੇ ਕਿ ਤੁਹਾਡੇ ਗਾਣੇ 'ਚ ਰੂਹ ਫੂਕ ਦਿੰਦੇ, ਮਤਲਬ ਕਿ ਰੂਹ ਭਰ ਦਿੰਦੇ, ਅਤੇ ਉਹ ਜਾ ਕੇ ਰੂਹ ਨਾਲ ਕਨੈਕਟ ਹੁੰਦੇ ਅੱਗੇ, ਅਤੇ ਤੁਹਾਨੂੰ ਲੱਗਦਾ ਕਿ ਮਿਊਜ਼ਿਕ ਟੈਕਨੀਕਲ ਹੋ ਗਿਆ, ਮਸ਼ੀਨੀ ਹੋ ਗਿਆ, ਐਡਵਾਂਸਡ ਹੋ ਗਿਆ, ਪਰ ਇਹਦੇ ਨਾਲ ਕਿਤੇ ਨਾ ਕਿਤੇ ਆਪਾਂ ਲਿਰਿਕਸ ਨੂੰ ਵੀ ਇਗਨੋਰ ਕਰ ਰਹੇ ਹਾਂ। ਲਿਰਿਕਸ ਵੀ ਜਿਹੜੇ ਆ ਉਹ ਮਾਡਰਨ ਹੋ ਗਏ ਜੀ, ਟੈਕਨੀਕਲ ਹੋ ਗਏ ਜੀ, ਹੁਣ ਕੰਪੋਜੀਸ਼ਨ ਦੇ ਅਕੋਰਡਿੰਗ ਲਫ਼ਜ਼ ਲਿਖੇ ਜਾਂਦੇ, ਗੱਲ ਚਾਹੇ ਬਣੇ ਚਾਹੇ ਨਾ ਬਣੇ, ਉਹ ਕੰਪੋਜੀਸ਼ਨ ਦੇ ਅਕੋਰਡਿੰਗ, ਪਰ ਉਹ ਗੱਲ ਨਹੀਂ ਬਣਦੀ। ਮੈਂ ਕੋਈ ਦੁਨੀਆਂ ਦੀ ਲਾਸਟ ਅਥਾਰਟੀ ਨਹੀਂ, ਮੈਂ ਜੋ ਕਹਿਣਾ ਸੱਚ ਹੁੰਦਾ ਜਾਂ ਜੋ ਕਹਿਣਾ ਮੈਂ ਉਹੀ ਹੁੰਦਾ। ਮੇਰੀ ਸੋਚਣੀ ਹੈ ਕਿ ਜਿਹੜੀ ਗੱਲ ਜ਼ੇਹਨ 'ਚੋਂ ਨਿਕਲੇ ਜੀ ਉਹ ਜ਼ੇਹਨ ਤੱਕ ਜਾਂਦੀ ਹੈ। ਕਰੈਕਟ। ਜਿਹੜੀ ਗੱਲ ਰੂਹ ਤੋਂ ਨਿਕਲੇ ਉਹ ਰੂਹ ਤੱਕ ਜਾਂਦੀ ਹੈ ਜੀ। ਅਸੀਂ ਅੱਜ ਤੱਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵਾਰੀ ਸੁਣਿਆ ਜੀ, ਹਾਂ ਸੋਰੀ ਯਾਰ ਇਹ ਗੱਲ ਮੇਰੀ ਨਾ ਦਿਮਾਗ 'ਚੋਂ ਸਕਿੱਪ ਹੋ ਗਈ, ਪਰ ਕਦੇ ਕਿਸੇ ਤੋਂ ਇਹ ਸੁਣਿਆ ਵੀ ਇਹ ਗੱਲ ਮੇਰੀ ਰੂਹ 'ਚੋਂ ਸਕਿੱਪ ਹੋ ਗਈ? ਕਦੇ। ਜਿਹੜੀ ਗੱਲ ਤੁਸੀਂ ਰੂਹ ਤੋਂ ਬਣਾਓਗੇ ਨਾ, ਉਦੋਂ ਗਾਣੇ ਰੂਹ ਨਾਲ ਬਣਦੇ ਸੀਗੇ, ਟੈਕਨੀਕਲੀ ਨਹੀਂ ਸੀਗੇ, ਕਿਸੇ ਦਾ ਦਬਾਅ ਪ੍ਰੈਸ਼ਰ ਨਹੀਂ ਸੀਗਾ ਕਿ ਆ ਜੀ ਕੰਪੋਜੀਸ਼ਨ ਹੈ ਇਹਦੇ ਵਿੱਚ ਗਾਣਾ ਫਿੱਟ ਕਰੋ, ਨਹੀਂ ਇੱਦਾਂ ਨਹੀਂ ਸੀ ਹੁੰਦਾ। ਅਤੇ ਗਾਣਾ ਆਉਣਾ ਪਹਿਲਾਂ
200 ਗਾਣੇ ਦੇ ਵਿੱਚੋਂ 100 ਕੱਢਣਾ, 100 ਚੋਂ 50, 50 ਚੋਂ 20, 20 ਚੋਂ 15, 15 ਚੋਂ 8 ਅਰਕ ਕੱਢ ਕੇ ਗਾਣਿਆਂ ਦਾ ਹਰ ਇੱਕ ਸਬਜੈਕਟ 'ਤੇ ਕੋਸ਼ਿਸ਼ ਹੁੰਦੀ ਸੀ ਕਿ ਹਰ ਸਬਜੈਕਟ 'ਤੇ ਇੱਕ ਗਾਣਾ ਹੋ ਜਾਵੇ। ਰਾਈਟ। ਕੁਛ ਸਾਡੀਆਂ ਮਾਵਾਂ ਭੈਣਾਂ ਨਾਲ ਰਿਲੇਟਡ, ਕੁਛ ਦੇਸ਼ ਨਾਲ ਰਿਲੇਟਡ, ਕੁਛ ਰੋਮੈਂਸ ਨਾਲ ਰਿਲੇਟਡ, ਕੁਛ ਟ੍ਰੈਜਡੀ ਔਰ ਕੁਛ ਲੋਕ ਗਾਥਾਵਾਂ ਨਾਲ ਤਾਲੁਕ ਰੱਖਣ ਵਾਲੀਆਂ ਚੀਜ਼ਾਂ। ਅਤੇ ਉਹ ਜਦੋਂ ਅਸੀਂ ਲਫਜ਼ ਲੱਭਦੇ ਸੀਗੇ ਜੀ, ਫਿਰ ਲਫਜ਼ ਲੱਭ ਕੇ ਉੱਦਾਂ ਦੀ ਕੰਪੋਜੀਸ਼ਨ ਬਣਦੀ ਸੀਗੀ। ਅਤੇ ਹੁਣ ਤੁਸੀਂ ਜਿਹੜੇ ਗਾਣਿਆਂ ਦਾ ਜ਼ਿਕਰ ਕੀਤਾ ਜੀ, ਉਹ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ, ਬਾਬੂ ਸਿੰਘ ਮਾਨ ਹੋਰਾਂ ਦਾ ਗਾਣਾ ਗਾਣਾ, ਔਰ ਕਣੀਆਂ ਦੀ ਕਿਣਮਣੀ ਇਹ ਕੈਨੇਡਾ ਤੋਂ ਸਾਡੇ ਦੋਸਤ ਨੇ ਉਹਨਾਂ ਦਾ ਲਿਖਿਆ, ਉਹਨਾਂ ਦਾ ਵੀ ਜੈਦੀਪ ਨਾਮ ਹੈ। ਹੁਣ ਇਹ ਗਾਣੇ ਜਦੋਂ ਸਾਡੇ ਸਾਹਮਣੇ ਆਏ ਤਾਂ ਇੱਕ ਉਹ ਸਾਡੇ ਸਾਹਮਣੇ ਇੱਕ ਸੱਭਿਆਚਾਰ ਦਾ ਨਾ ਇੱਕ ਸਕਰੀਨ ਚੱਲਦੀ ਹੈ ਸਾਡੇ ਸਾਹਮਣੇ, ਅਸੀਂ ਉਹ ਕਣੀਆਂ ਦੀ ਕਿਣਮਣ ਨੂੰ ਗਲਤ ਬੰਬੇ ਵੱਲ ਨਹੀਂ ਲੈ ਕੇ ਜਾ ਸਕਦੇ ਜੀ ਜੀ, ਕਿ ਇਹਨੂੰ ਗਲੈਮਰਲੈਸ ਕੀਤਾ ਜਾਵੇ। ਰਾਈਟ। ਅਤੇ ਉਹ ਸਾਡੀ ਹੈ ਵੀ ਇੱਕ ਪੰਜਾਬਣ ਹੈ ਅਤੇ ਉਹ ਜਦੋਂ ਮੀਂਹ ਦੇ ਵਿੱਚ ਭਿੱਜਦੀ ਹੈ ਉਹ ਤੋਂ ਜਾਣ ਦੀ ਜ਼ਿੱਦ ਕਰਦੀ ਹੈ ਤਾਂ ਬੰਦਾ ਕੀ ਕਹਿੰਦਾ ਜੀ, ਹੈ ਨਾ, ਉਹ ਇਹ ਹੈ। ਹੁਣ ਤੁਸੀਂ ਗੱਲ ਕੀਤੀ ਕਿ ਜਿਹਨਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ ਜੀ, ਇਹ ਸਾਡੇ ਸਮਾਜ ਦਾ ਹਿੱਸਾ ਨੇ। ਮੈਂ ਜਦੋਂ ਕੈਨੇਡਾ ਅਮਰੀਕਾ ਜਾਂਦਾ ਟਾਕ ਸ਼ੋਅ ਹੁੰਦਾ ਰੇਡੀਓ 'ਤੇ ਜੀ, ਅਤੇ ਮੇਰੇ ਖਿਆਲ ਉਹ ਆਪਣੇ ਸ਼ੋਅ ਦੇ ਵਿੱਚ 80% ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਹੁੰਦੀਆਂ ਨੇ ਜੀ, ਜਿਹੜੀਆਂ ਕਾਲ ਕਰਦੀਆਂ ਨੇ, ਔਰ ਉਹਨਾਂ ਵਿੱਚੋਂ 80% ਦੇ ਵਿੱਚੋਂ 40% ਇਹ ਕਹਿੰਦੀਆਂ ਵੀ ਵੀਰ ਜੀ ਇਹ ਗਾਣਾ ਤੁਸੀਂ ਸਾਨੂੰ ਦੇਖ ਕੇ ਲਿਖਿਆ ਸੀਗਾ ਵੀ ਅਸੀਂ ਇੰਨੇ ਸੋਹਣੇ ਰੂਪ ਲੈ ਕੇ ਜਦੋਂ ਕੈਨੇਡਾ ਜਾਵਾਂਗੇ ਇੱਥੇ ਅਸੀਂ ਬੇਰੀ ਤੋੜਾਂਗੇ, ਇੱਥੇ ਅਸੀਂ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਾਂਗੇ ਜੀ, ਅਤੇ ਜਿੱਥੇ ਸਾਡੇ ਮਾਂ ਪਿਓ ਨੇ ਸਾਡੇ ਪੈਰ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਜੀ, ਉਹ ਰੂਪ ਅੱਜ ਰੈਸਟੋਰੈਂਟਾਂ ਦੀਆਂ ਭੱਠੀਆਂ ਦੇ ਅੱਗੇ ਰੁੜਦੇ ਪਏ ਨੇ, ਇਹ ਸਾਨੂੰ ਦੇਖ ਕੇ ਲਿਖਿਆ ਸੀ। ਤੁਹਾਡੇ ਟਾਈਮ ਦਾ, ਤੁਹਾਡੀ ਜ਼ਿੰਦਗੀ ਦਾ, ਤੁਹਾਡੀ ਐਫਰਟ ਦਾ ਮੁੱਲ ਮੁੜ ਜਾਂਦਾ ਤੁਹਾਨੂੰ ਕਿ ਅਸੀਂ ਕੁਛ ਕੀਤਾ, ਅਸੀਂ ਕੁਛ ਇੱਦਾਂ ਦਾ ਕੀਤਾ ਜਿਹਦੇ ਨਾਲ ਲੋਕ ਬਾਵਸਤਾ ਨੇ ਜੀ, ਜਿਹਨਾਂ ਨਾਲ ਲੋਕ ਰਿਲੇਟਡ ਨੇ, ਜਿਸ ਗਾਣੇ ਨੂੰ ਲੋਕ ਆਪਣੀ ਕਹਾਣੀ ਮੰਨਦੇ ਆ ਜੀ, ਫਿਰ ਤੁਹਾਡੀ ਰਿਟਰਨ ਤੁਹਾਨੂੰ ਮਿਲ ਜਾਂਦੀ ਉੱਥੇ, ਤੁਹਾਨੂੰ ਮਿਲ ਜਾਂਦਾ ਵੀ ਅਸੀਂ ਸਮਾਜ ਲਈ ਕੁਛ ਕੀਤਾ, ਔਰ ਜੋ ਸਮਾਜ ਲਈ ਕਰਦਾ ਸਮਾਜ ਫਿਰ ਉਹਨੂੰ ਇੱਥੇ ਨਹੀਂ ਇੱਥੇ ਬਿਠਾ ਕੇ ਰੱਖਦਾ, ਬਿਲਕੁਲ ਐਗਜੈਕਟਲੀ, ਜਿੱਥੋਂ ਰੂਹ 'ਚ ਬਿਠਾ ਕੇ ਰੱਖਦਾ ਜਿੱਥੋਂ ਰੂਹ 'ਚੋਂ ਨਿਕਲਦਾ ਨਹੀਂ ਬੰਦਾ। ਲਤਾ ਜੀ ਦੇ ਗਾਣੇ ਸੁਣੋ, ਰਫੀ ਸਾਹਿਬ ਦੇ ਗਾਣੇ ਸੁਣੋ, ਮੁਕੇਸ਼ ਜੀ ਦੇ ਗਾਣੇ ਸੁਣੋ, ਸੁਰਿੰਦਰ ਕੌਰ ਜੀ ਦੇ ਗਾਣੇ ਸੁਣੋ, ਜਗਮੋਹਨ ਕੌਰ ਜੀ ਦੇ, ਲਾਲਚੰਦ ਜਮਲਾ ਜੱਟ ਸਾਹਿਬ ਦੇ, ਨਰਿੰਦਰ ਬੀਬਾ ਜੀ ਦੇ ਜੀ, ਮਾਨਕ ਸਾਹਿਬ ਦੇ, ਛਿੰਦਾ ਜੀ ਦੇ, ਸਦੀਕ ਸਾਹਿਬ, ਅੱਜ ਗਾਣੇ ਸੁਣੋ ਤੁਹਾਨੂੰ ਜ਼ਬਾਨੀ ਯਾਦ ਹੋਣਗੇ, ਬਿਲਕੁਲ ਸਹੀ ਗੱਲ ਹੈ, ਪਰ ਅੱਜ ਦੀ ਟ੍ਰੈਜਡੀ ਇਹ ਹੈ ਕਿ ਅੱਜ ਦਾ ਗਾਣਾ ਸਾਨੂੰ ਹਫ਼ਤੇ ਬਾਅਦ ਯਾਦ ਨਹੀਂ ਰਹਿੰਦਾ, ਬਿਲਕੁਲ, ਕਿਉਂ? ਇੱਥੋਂ ਬਣਿਆ ਹੋਇਆ, ਇੱਥੋਂ ਦਿਮਾਗ ਤੋਂ ਬਣਿਆ, ਅੱਜ ਕੀ ਚੱਲਦਾ ਉਹ ਬਣਾਉਣਾ, ਅੱਜ ਕੀ ਚੱਲਦਾ, ਅਸੀਂ ਨਹੀਂ ਇੱਦਾਂ ਕੀਤਾ ਅੱਜ ਕੀ ਚੱਲਦਾ, ਕਿਉਂਕਿ ਕੁਛ ਤੋਂ ਹੋਤੇ ਹੈ ਜੋ ਚਲਤੇ ਹੈ ਜ਼ਮਾਨੇ ਕੇ ਸਾਥ ਸਾਥ, ਕੁਛ ਵੋ ਹੋਤੇ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਰਾਈਟ। ਜ਼ਮਾਨੇ ਨੂੰ ਕੌਣ ਬਦਲਦਾ? ਤੁਹਾਡੀ ਸੋਚ ਜੀ, ਤੁਹਾਡੀਆਂ ਸੋਚ ਦੀਆਂ ਧਾਰਾਵਾਂ ਉਹ ਜ਼ਮਾਨੇ ਨੂੰ ਬਦਲਦੀਆਂ ਨੇ, ਔਰ ਪੋਜ਼ਿਟਿਵ ਜੀ ਉਹ ਜ਼ਮਾਨੇ ਨੂੰ ਬਦਲਦੀਆਂ ਨੇ, ਔਰ ਜ਼ਮਾਨੇ ਦੇ ਵਿੱਚ ਰਹਿ ਕੇ ਜ਼ਮਾਨੇ ਦੀ ਲੈਂਗੁਏਜ ਦੇ ਵਿੱਚ, ਜਿਹਨਾਂ ਲੋਕਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੀ ਗੱਲ ਕਰਨੀ, ਉਹਨਾਂ ਨੂੰ ਸਮਝਾਉਣਾ, ਇਹ ਪਰਮਾਤਮਾ ਦੀ ਰਹਿਮਤ ਹੁੰਦੀ, ਬਿਲਕੁਲ ਇਹ ਉਹਦੀ ਕਿਰਪਾ ਹੁੰਦੀ ਹੈ, ਔਰ ਆਵਾਮ ਦੀ ਮੁਹੱਬਤ ਹੁੰਦੀ ਹੈ। ਰਾਈਟ, ਬਿਲਕੁਲ। ਆਪਾਂ ਜ਼ਿਕਰ ਕਰ ਰਹੇ ਸੀ ਕਣੀਆਂ ਦੀ ਕਿਣਮਿਣ, ਜੇ ਤੁਸੀਂ ਦੋ ਕੁ ਲਾਈਨਾਂ ਸਾਨੂੰ ਸੁਣਾ ਸਕੋ। ਮਹਾਰਾਜ ਤੁਹਾਡੇ ਲਈ ਆਪਾਂ ਕੋਈ ਨਹੀਂ, ਕਣੀਆਂ ਦੀ ਕਿਣਮਿਣ ਨੀ ਅੱਜ ਕਹਿਰ ਗੁਜ਼ਾਰ ਗਈ, ਚੰਨ ਵਰਗੇ ਮੁਖੜੇ ਨੂੰ ਨੀਏ ਹੋਰ ਨਿਖਾਰ ਗਈ, ਤੇਰਾ ਭਿੱਜਿਆ ਜੋਬਨ ਨੀ, ਭਿੱਜਿਆ ਜੋਬਨ ਨੀ ਅੱਜ ਦਿਲ ਵੇਖ ਵੇਖ ਨੀ ਭਰਦਾ ਨੀ, ਅੱਜ ਦਿਲ ਵੇਖ ਵੇਖ ਨੀ ਭਰਦਾ ਨੀ, ਨਾ ਕਰ ਅੜੀਆਂ ਨੀ, ਨਾ ਕਰ ਅੜੀਆਂ, ਨਾ ਕਰ ਅੜੀਆਂ ਜਾਣਦੀਆਂ ਨੀ, ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ, ਨਾ ਕਰ ਅੜੀਆਂ ਜਾਣਦੀਆਂ, ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨੀ, ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ ਨੀ, ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ, ਨਾ ਨਾ ਕਰ ਅੜੀਆਂ ਜਾਣਦੀਆਂ, ਦਿਲ ਅੱਜ ਨਹੀਂ ਵਿਛੜਨ ਨੂੰ ਕਰਦਾ। ਕੀ ਬਾਤ ਹੈ ਜੀ, ਅਤੇ ਵਿਛੜਨ ਨੂੰ ਸਾਡਾ ਵੀ ਦਿਲ ਨਹੀਂ ਕਰ ਰਿਹਾ, ਪਰ ਛੋਟੇ ਜਿਹੇ ਬਹੁਤ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜ਼ਰੂਰ ਮੁੜ ਹਾਜ਼ਰ ਹੋਵਾਂਗੇ, ਸਟੇ ਟਿਊਨਡ।
ब्रेक तो बाद एक बार फिर तुहाडे सारयां दा स्वागत है। तो मेरे नाल मौजूद ने सरदूल सिकंदर साहब, ये वो कलाकार ने जिन्होंने अपने सुरां दे जरिए, गायकी दे जरिए दुनिया जीती है। आप फिर तुहाडे लेटेस्ट गाने की गल करते हैं, जिहड़ा कि रीसेंटली रिलीज़ होया जी, पिंड मेरा। पिंड मेरा जी, इस दे जिहड़े लिरिक्स हैं वह भी बहुत टचिंग लिरिक्स हैं, बंदा अपने आप नूं कनैक्ट करता है लिरिक्स के नाल, कंपोजिशन के नाल। तो सानू इस गाने गाने के बारे डिटेल च दसो, कि कंपनी वालों किया गया, तो किस तरह ये लिरिक्स नूं तुसी आप समझ के उन्हों अपनी गायकी के जरिए डिलीवर किया? यह गाना हरजिंदर मल होर का लिखे जी, वो यूके रहिंदे ने जी, क्योंकि बाहर रहने वाले बंदे नूं जिहड़ा दर्द है वह नज़दीक दा जी, वो ज़्यादा बयान कर सकते हैं जी। बहुत वधिया राइटर ने, बहुत उन्होंने बहुत उमदा ये थॉट, उमदा लाइना पा के इन बहुत अच्छा गाने बनाया। सो फिर सोने ते सुहागा मेरे खलीफा, मेरे गुरु जी जनाब चरणजीत ओजा साहब के बेटे जी, सचिन ओजा साहब ने यदा म्यूजिक किया, बहुत बाकमाल म्यूजिक है। और वाइट हिल कंपनी अजकल बहुत कलाकारों नूं नवयां नूं प्रमोट कर रही है, राइट, बहुत उमदा ख्यालों के लोग ने वाइट हिल के, उन्होंने इनू रिलीज़ किया गाने नू। बाकी जिन्नी क मुहब्बत मिल रही है मैनू उम्मीद नहीं सी, राइट, क्योंकि पाकिस्तान तो जी, तो जितों राबता ही नहीं है जी, है ना, वो तो वह गाने के ज़्यादा जोड़े व्यूज़ ने, ज़्यादा मैं जो मैसेज आते हैं वो पाकिस्तान तो आते हैं। अच्छा। और कनेडा, अमेरिका, आस्ट्रेलिया अपने लोगों के तो आने ही है, मुहब्बत है उन्होंने। वैसे तो मेरे हर गाने बहुत प्यार दिता जी, हालांकि मैं शायद उस काबिल भी ना होव उन्होंने चीज़ों के, पर मेरा ख्याल है ये गुरु गोबिंद सिंह महाराज ने कहा कि मेरी संगत जिहड़ी है वो 21वें है, मैं 20वें, मतलब संगत नूं रुतबा अपने नालों भी उच्चा दिता। इस करके संगत जिन्हों आवाम जिहड़ा जिन्हों मुहब्बत करे, जिन्हों प्यार करे, उन्हों गुरु महाराज आप प्यार करन लग पैंदे आ, बिल्कुल, और उन्हां दी रहमत नाल आवाम प्यार करदी है और आवाम दी मुहब्बत नाल रब प्यार करदा उस बंदे नूं। सो इस गाने नूं जिते सचिन ओजा साहब ने, हरजिंदर मल साहब ने, वाइट हिल ने, ये पूरी टीम ने जी बनाया, उत्ते छोटी जी मेरी शिरकत भी है, भी मैं जिदा का भी मैं तो हो सकया मैं गाया, गाने की कोशिश की है। जिस तरह हूँ तुम अपना आप गल कर रहे हैं मेरे पिंड मेरा जो रीसेंट ट्रैक है, हूँ तुम लैके आए, कम बैक किया जी, हूँ थोड़े अगे के की प्लैनस हैं, हूँ तुम बैक टू बैक ट्रैक्स लैके आओगे, कि जिस तरह से आटे की जी फिल्म जी पंजाबी फिल्म है उस भी म्यूजिक गाना सोंग गाया, तो की प्लैनस ने हूँ थोड़े फ्यूचर च? मैं सच्ची दसा मैं प्लैन किया नहीं अज तक। अच्छा। कदे नहीं किया। अच्छा। क्योंकि गुरबाणी च लिखे नर चाहत कछ और है कि और है भाई, बिल्कुल, तुसी कुछ नहीं बना सकते, प्लैन तो उहदे हाथ ही नहीं सारे। हाँ, 10-12 ट्रैक मेरे रिकॉर्ड होए पए ने। अच्छा। और अलग अलग म्यूजिक डायरेक्टर्स दे नाल होए हुए ने, राइट, बड़े पैपी सोंग ने, अच्छा, डांसिंग सोंग ने जी, और मेरे पुराने गाने थोड़े एक दो रीमिक्स करके साडे अपरां तों सिखी उड़ना वगैरह, अच्छा, वो दोबारा ओके कर रहे हैं, जिन्हां दा म्यूजिक अलाप ते सारंग 2-3 गाने दा इन्हां ने कीता। अच्छा। ते डॉक्टर जूस ने, सचिन है, और ट्रू स्कूल इंग्लैंड तो, राइट, मतलब अलग अलग लोगों ने की है म्यूजिक जी, तो जल्दी बैक टू बैक आ जाएंगे। अच्छा, इतों याद आया एक इंटरनेशनल विलेजर हनी सिंह नाल भी तुसी कलैबरेट किया जिस च रैप सी, ते वो एक्सपीरियंस किदां दा रहा? मतलब कि कहन दा पुछन दा भाव है भी जदों तुहाडी कलैबरेशन हुंदी है लैंगुएज ऑफ म्यूजिक दे नाल, ते उदों किदां एक्सपीरियंस रहिंदा तुहाडा? कलैबरेशन गाने नाल मैच करदी होवे जी, जो हम तुसी जीन नाल कुर्ता तो पाया होया चल जाएगा जी, जे पिछला पल्ला जिहड़ा है वो बैल्ट तक है, तो अगला पल्ला गोडियां तक है, वो नहीं, फिर वो जलूस है, वो फैशन नहीं है। सो हनी नाल मेरा कोई चलो एडा बैड एक्सपीरियंस नहीं सीगा, मैं उन्हें कहा सीगा भी बेटा गल ये है भी गाना जिदा दे मैं गाना ना, मैं तेनों अपनी एल्बम चो गाना कढ के दे रहा जी, प्लीज़ इहदा ध्यान रखी जी। चलो ओहदी ਜ਼ਿਹਨੀਅਤ ਮੁਤਾਬਕ ਉਹਨੇ ਜਿੱਦਾਂ ਦਾ ਮਿਊਜ਼ਿਕ ਕੀਤਾ ਠੀਕ ਸੀਗਾ। ਦੁਬਾਰਾ ਕੋਈ ਐਕਟਿੰਗ ਦੇ ਪਲੈਨਸ ਤੁਹਾਡੇ? ਫਿਲਮ ਆਫਿਸ ਬਹੁਤ ਹੁੰਦੀਆਂ ਨੇ ਪਰ ਮੈਂ ਆਵਾਮ ਕਰਕੇ ਫਿਲਮਾਂ ਨਹੀਂ ਕਰਦਾ। ਅੱਛਾ। ਕਿਉਂਕਿ ਆਵਾਮ ਨੇ, ਸੰਗਤ ਨੇ, ਲੋਕਾਂ ਨੇ ਮੈਨੂੰ ਜਿੱਥੇ ਲਿਆ ਕੇ ਖੜਾ ਕਰ ਦਿੱਤਾ ਹੋਇਆ, ਜਿੱਥੇ ਲਿਆ ਕੇ ਮੈਨੂੰ ਬਿਠਾ ਦਿੱਤਾ ਉਹਨਾਂ ਨੇ, ਸਿਕੰਦਰ ਨਹੀਂ
ਦੁਨੀਆ ਮੇਂ ਸਿਕੰਦਰ ਕੋਈ ਨਹੀਂ, ਹਾਂ ਵਕਤ ਸਿਕੰਦਰ ਹੋਤਾ ਹੈ ਜੀ। ਸੋ ਜਿੱਥੇ ਮੈਨੂੰ ਲਿਆ ਕੇ ਉਹਨਾਂ ਨੇ ਬਿਠਾ ਤਾ ਆਪਣੀ ਰੂਹ ਦੇ ਵਿੱਚ, ਉੱਥੇ ਮੈਂ ਕੋਈ ਵੀ ਐਸਾ ਕੰਮ ਕਰਨ ਨੂੰ ਡਰਦਾ ਵੀ ਉਹ ਕੱਢ ਕੇ ਬਾਹਰ ਨਾ ਰੱਖ ਦੇਣ ਜੀ। ਮੈਂ ਜਿੰਨਾ ਕੁ ਕਰ ਲਿਆ ਮੇਰਾ ਖਿਆਲ ਮੋਰ ਦੈਨ ਅਨਫ, ਬਟ ਮੈਂ ਕੋਈ ਐਸੀ ਇਖਲਾਕ ਤੋਂ ਮੇਰੇ ਤੋਂ ਗਿਰੀ ਹੋਈ ਗੱਲ ਨਾ ਹੋ ਜਾਵੇ ਜਿਹਦੇ ਨਾਲ ਮੈਨੂੰ ਆਵਾਮ ਕੇ ਆਹ ਹੀ ਕੰਮ ਬਾਕੀ ਰਹਿ ਗਿਆ ਸੀਗਾ। ਅੱਜ ਦੀਆਂ ਕੋਮੇਡੀ ਫਿਲਮਾਂ ਬਹੁਤ ਸੋਹਣੀਆਂ ਨੇ, ਪਰ ਮੈਥੋਂ ਉਹ ਫਾਂਟਾਂ ਵਾਲੇ ਕੱਛੇ ਪਾ ਕੇ ਰਿਕਸ਼ਿਆਂ ਦੇ ਪਿੱਛੇ ਭੱਜ ਨਹੀਂ ਹੋਣਾ ਇਸ ਉਮਰੇ, ਮੈਂ ਚਾਹੁੰਦਾ ਵੀ ਨਹੀਂ। ਜਿੰਨਾ ਕੁ ਮੈਨੂੰ ਪਰਮਾਤਮਾ ਨੇ ਦਿੱਤਾ ਬਹੁਤ ਹੈ। ਹਾਂ ਮੈਂ ਪੰਜ ਸੱਤ ਫਿਲਮਾਂ ਕਰ ਰਿਹਾ ਜੀ, ਉਹਦੇ ਵਿੱਚ ਜਿਹੜੇ ਕਰੈਕਟਰਸ ਨੇ ਉਹ ਮੇਰੇ ਆਪਣੇ ਵਰਗੇ ਨੇ। ਅੱਛਾ। ਉਹ ਮੇਰੀ ਜਿਹੜੀ ਇੰਟਰਨਲ ਪਰਸਨੈਲਿਟੀ, ਆਊਟਲੁੱਕ ਪਰਸਨੈਲਿਟੀ ਜਿਹੜੀ ਮੇਰੀ, ਉਹਨੂੰ ਸੂਟ ਕਰਦੇ ਆ। ਓਕੇ। ਅਤੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ, ਉਹ ਬੜੇ ਇੰਟਲੈਕਚੁਅਲ ਡਾਇਰੈਕਟਰ ਨੇ ਔਰ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਮੈਨੂੰ ਇਹ ਰੋਲ ਦਿੱਤੇ ਜੀ, ਔਰ ਬਾਕਾਇਦਾ ਉਹ ਮੈਨੂੰ ਸੂਟ ਕਰਦੇ ਆ, ਮੈਂ ਕੌਂਫਰਟ ਹਾਂ ਉਹਦੇ ਵਿੱਚ। ਮੈਂ ਸੋ ਜਿੰਨੇ ਮੈਂ ਕੋਮੇਡੀ ਵੀ ਕਰਾਂਗਾ ਮਿਆਰ ਦੀ ਕੋਮੇਡੀ ਵੀ ਕੀਤੀ ਜਿਹੜੀ ਮੈਂ ਦੋ ਤਿੰਨ ਫਿਲਮਾਂ 'ਚ, ਉਹ ਹੁਣੇ ਇੱਕ ਫਿਲਮ ਆਈ ਸੀ ਮੇਰੀ ਅਤੇ ਭਗਵੰਤ ਮਾਨ ਦੀ, ਉਹ ਪੁਲਿਸ ਐਂਡ ਪੋਲੀਵੁੱਡ, ਉਹਦੇ ਵਿੱਚ ਵੀ ਜਿਹੜੀ ਕੋਮੇਡੀ ਕੀਤੀ ਉਹ ਮਤਲਬ ਮਿਆਰ ਦੀ। ਮੈਥੋਂ ਫਿਲਮਾਂ 'ਚ ਉਹ ਨਹੀਂ ਕਹਿਣਾ ਸਾਲਿਆ ਤੂੰ ਐਂ ਕਰਦਾ, ਸਾਲਿਆ ਤੂੰ ਐਂ ਕਰ, ਸੋਰੀ ਮੈਥੋਂ ਇਹ ਨਹੀਂ ਹੋਣਾ ਨੀਗਾ ਜੀ। ਸੋ ਜਿਹੜੇ ਬੰਦੇ ਮੈਨੂੰ ਫਿਲਮ 'ਚ ਲੈਣਗੇ ਉਹ ਇਹ ਜ਼ਰੂਰ ਸੋਚਣਗੇ ਇਹ ਗੱਲ ਉਹਦੇ ਮੂੰਹ ਤੋਂ ਚੰਗੀ ਨਹੀਂ ਲੱਗਣੀ, ਆਪਾਂ ਇਹ ਗੱਲ ਸਰਦੂਲ ਨੂੰ ਨਹੀਂ ਦੇਣੀ, ਉਹਦੇ ਮੂੰਹ ਤੋਂ ਨਹੀਂ ਚੰਗੀ ਲੱਗਣੀ ਜੀ। ਸੋ ਪੰਜ ਸੱਤ ਫਿਲਮਾਂ, ਦੋ ਤਿੰਨ ਤਾਂ ਮੈਂ ਕਰ ਚੁੱਕਿਆ ਜੀ, ਆਪਾਂ ਮੌਕੇ 'ਤੇ ਪ੍ਰਮੋਸ਼ਨ ਵੀ ਜਦੋਂ ਕਰਾਂਗੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਜੀ। ਬਿਲਕੁਲ। ਪੰਜ ਚਾਰ ਹੁਣ ਦੋ ਫਿਲਮਾਂ ਲਈ ਕੈਨੇਡਾ ਜਾਣਾ ਸ਼ੂਟ ਵਾਸਤੇ, ਕੁਛ ਛੇਤੇ ਹੋ ਰਹੀਆਂ ਨੇ, ਚੱਲ ਰਿਹਾ ਬਹੁਤ ਵਧੀਆ, ਅਤੇ ਹੁਣ ਕਮਬੈਕ ਕੀਤਾ ਅਤੇ ਹੁਣ ਸੋਲਿਡ ਕਰਾਂਗੇ। ਬਿਲਕੁਲ ਬਿਲਕੁਲ, ਅਤੇ ਲੋਕ ਤੁਹਾਨੂੰ ਦਿਲ 'ਚ ਰੱਖਣਗੇ ਵੀ, ਉਹਨਾਂ ਦਾ ਕਰਮ ਹੈ ਉਹਨਾਂ ਦੀ ਰਹਿਮਤ ਹੈ। ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਸੇਮ ਹੇਅਰ, ਮੈਨੂੰ ਵੀ ਬਹੁਤ ਚੰਗਾ ਲੱਗਿਆ ਸਰ। ਬਾਕੀ ਟਾਈਮ ਦਾ ਵੀ ਨਹੀਂ ਪਤਾ ਚੱਲਿਆ ਅੱਜ ਕਿਸ ਤਰ੍ਹਾਂ ਟਾਈਮ ਬੀਤ ਗਿਆ ਜੀ। ਬਿਲਕੁਲ। ਅਤੇ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਨਵੇਂ ਗਾਣੇ ਦੇ ਲਈ, ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਲੋਕਾਂ ਦੇ ਆਵਾਮ ਦੇ ਦਿਲਾਂ 'ਚ ਇਸ ਤਰ੍ਹਾਂ ਹੀ ਰਾਜ ਕਰਦੇ ਰਹੋ, ਸਿਕੰਦਰ ਬਣੇ ਰਹੋ, ਅਤੇ ਸਾਡੇ PTC ਦੇ ਵੇੜੇ ਵੀ ਆਉਂਦੇ ਰਹੋ। ਮਿਹਰਬਾਨੀ ਤੁਹਾਡੀਆਂ ਦੁਆਵਾਂ ਲਈ, ਔਰ ਜਿੰਨੀ ਦੇਰ ਤੁਸੀਂ ਦੁਆ ਕਰਦੇ ਰਹੋਗੇ ਉਨੀ ਦੇਰ ਚੱਲਦਾ ਰਹੇਗਾ ਸਿਲਸਿਲਾ। ਜਿੰਨੀ ਦੇਰ ਦੁਆਵਾਂ ਉਨੀ ਦੇਰ ਰਹਿਮਤ, ਜਿੰਨੀ ਦੇਰ ਰਹਿਮਤ ਉਨੀ ਦੇਰ ਚੱਲਣਾ। ਬਿਲਕੁਲ। ਸੋ ਤੁਹਾਡਾ ਸ਼ੁਕਰੀਆ ਦਾ, ਤੁਹਾਡਾ ਪ੍ਰੋਗਰਾਮ PTC ਸ਼ੋਕੇਸ ਦਾ ਜਿਹੜਾ ਕਿ ਲੋਕਾਂ ਦੇ ਵਿੱਚ ਬੜਾ ਪਾਪੂਲਰ ਹੈ ਜੀ, ਔਰ ਉਹਦੇ ਲਈ ਵੀ ਦੁਆ ਗਵਾਂ ਕਿ ਹੋਰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਅਤੇ ਇਸ ਗਾਣੇ ਦੇ ਵਿੱਚ, ਇਸ ਗਾਣਾ ਜਿਹਨੇ ਹੁਣ ਤੱਕ ਨਹੀਂ ਸੁਣਿਆ ਪਿੰਡ ਮੇਰਿਆ ਜੀ, ਉਹਨੂੰ ਜ਼ਰੂਰ ਸੁਣੋ। ਬਿਲਕੁਲ। ਜਿੱਥੇ ਸਚਿਨ ਅਹੁਜਾ ਸਾਹਿਬ ਦਾ ਮਿਊਜ਼ਿਕ ਹੈ, ਹਰਜਿੰਦਰ ਮਾਲ ਜੀ ਦਾ ਗਾਣਾ ਹੈ, ਵਾਈਟ ਹਿੱਲ ਨੇ ਰਿਲੀਜ਼ ਕੀਤਾ ਅਤੇ ਇਹਦੀ ਵੀਡੀਓ ਬਣਾਈ ਹੈ ਮਾਨ ਨੇ ਡਾਇਰੈਕਟਰ, ਅਤੇ ਜ਼ਰੂਰ ਸੁਣਿਓ। ਮੇਰੇ ਦਿਲ ਦੀ ਹੂਕ ਹੈ ਔਰ ਮੇਰੇ ਰੂਹ ਦੀ ਇੱਕ ਆਵਾਜ਼ ਹੈ। ਆਪਣੇ ਆਪਣੇ ਪਿੰਡ ਨੂੰ ਜਿੱਥੇ ਜਿੱਥੇ ਵੀ ਰਹਿੰਦੇ ਹੋ ਤੁਸੀਂ ਦੁਆਵਾਂ ਦਿਆ ਕਰੋ। ਜਿਸ ਪਿੰਡ ਨੇ ਤੁਹਾਨੂੰ ਜ਼ਿੰਦਗੀ ਦਿੱਤੀ, ਜਿਸ ਪਿੰਡ ਨੇ ਤੁਹਾਨੂੰ ਪਹਿਚਾਣ ਦਿੱਤੀ, ਜਿਸ ਪਿੰਡ ਨੇ ਤੁਹਾਨੂੰ ਕੱਦ ਕਾਠ ਦਿੱਤਾ, ਉਹਦੇ ਲਈ ਵੀ ਦੁਆਵਾਂ ਕਰਿਆ ਕਰੋ। ਕਦੇ ਜਾ ਵੀ ਆਇਆ ਕਰੋ, ਤੁਹਾਨੂੰ ਬਹੁਤ ਯਾਦ ਕਰਦੇ ਨੇ ਪਿੰਡ ਤੁਹਾਡੇ। ਥੈਂਕ ਯੂ।